जस टीवी देख रहे हो तुसी, मैं के पी सिंह टू द पॉइंट वी तुहाडा सब का स्वागत करता। कैप्टन अमरिंदर सिंह विरुद्ध उही सब कुछ हो रहा जो अज तो कुछ महीने पहला सोचा जा रहा सीगा। कैप्टन अमरिंदर सिंह दे विरुद्ध बगावत का झंडा चक लिता गया ते तृप्त रजिंदर बाजवा दे घर एक अहम बैठक हुई है। इस बैठक दे विच विधायकों की गिनती किन्नी सी, वजीरां की गिनती किन्नी सी, ये मायने नहीं रखता, पर उ थोड़े बयान आए हैं वो मायने रखते हैं। वो कहिंदे कैप्टन अमरिंदर सिंह हुण नहीं चाहिए गए, हुण कोई होर कप्तान चाहिए पंजाब नूं। ये वड्डा सवाल खड़ा किया गया उत्थे मौजूद वजीरां वल्लों, पर इस सवाल के नाल कि हाईकमान इस मसले नूं उस तरीके नाल समझदा पिया जां हाईकमान के इशारे ते सारा मसला इस तरीके नाल उभारिया गया, यह भी सवाल होना चाहिए कि नवजोत सिंह सिद्धू नूं हाईकमान ने थापड़ा दिता है कि सब कुछ कर दो ते उस तो बाद सब कुछ होया, ये सवाल भी होना चाहिए। पर सवाल यह होना चाहिए जिहड़े कहिंदे आ कि कैप्टन अमरिंदर सिंह दे रहिंदे आ पंजाब दे मसले हल नहीं हो सकते, उन्हां नूं सवाल यह करना चाहिए कि किहड़ा कप्तान आ जिहदे नाल पंजाब दे मसले छे महीनों में हल कर दोगे तो 2022 में तुसीं मैदान च उतर जाओगे, ये उन्हां नूं भी सवाल होना चाहिए। पर उस सवालों का सामना करने लई कितना तैयार है कि सवाल यह भी हैगा। असीं वड्डा सवाल यह पुछांगे, कैप्टन खिलाफ़ बगावत कि पंजाब करेगा स्वागत। सीएम साहब को रिप्लेस होना चाहिए नहीं तो कांग्रेस नहीं बचेगी। इस मुख्यमंत्री नाल साडे मसले हल नहीं हो रहे, सानू सारयां नूं उस गल दी तकलीफ है। पहला बयानबाजियां सुन लीए हुई की है, उस तो बाद चर्चा करा। ਸਾਡੇ ਕੋਲ ਪੰਜਾਬ ਦੇ ਬੈਸਟ ਡਿਪਾਰਟਮੈਂਟ ਨੇ ਔਰ ਮੋਬਾਈਲ ਉਹਦੇ ਪਰਫਾਰਮੈਂਸ ਦੇ ਉੱਤੇ ਕੰਮ ਕੀਤਾ, ਨਾ ਸਾਨੂੰ ਮਿਨਿਸਟਰੀ ਦੀ ਲਾਲਚ ਆ, ਨਾ ਸਾਨੂੰ ਸਾਡੀ ਮਿਨਿਸਟਰੀ ਜਾਣਦਾ ਕੋਈ ਡਰ ਆ, ਸਾਨੂੰ ਪੰਜਾਬ ਦੇ ਤੇ ਜਿਹੜੇ ਲੋਕਾਂ ਨਾਲ ਵਾਅਦੇ ਕਾਂਗਰਸ ਵੀ ਅਸੀਂ ਕਰਕੇ ਆਏ ਸਾਡੀ ਅੱਜ ਗੱਲ ਉਹਨਾਂ ਸਾਡੀ 10 ਵਜੇ ਤੋਂ ਮੀਟਿੰਗ ਚੱਲ ਰਹੀ ਹੈ, ਤੁਹਾਡੇ ਸਾਹਮਣੇ MLA ਆ ਵੀ ਰਹੇ ਨੇ ਤੇ MLA ਜਾ ਵੀ ਰਹੇ ਨੇ, ਅਸੀਂ ਦਿੱਲੀ ਦੱਸਾਂਗੇ, ਉੱਥੇ ਜਾ ਕੇ 5 ਆਦਮੀਆਂ ਨੂੰ ਸਾਨੂੰ ਆਥੋਰਾਈਜ਼ ਕੀਤਾ, ਉਹ ਅਸੀਂ ਜਾ ਰਹੇ ਹਾਂ ਸਰ, ਤੁਸੀਂ ਜੋਰ ਸਿੰਘ ਦੇ ਨਾਲ ਨੇ ਅੱਜ ਹੀ ਜਾ ਰਹੇ ਹਾਂ। ਕਾਂਗਰਸ ਕਿ ਪੰਜਾਬ ਦੀ ਇੰਟੈਲੀਜੈਂਸ ਨੂੰ ਪਤਾ ਨਾ ਹੋਵੇ ਕਿ ਸਮੇਤ ਸੈਣੀ ਘਰ ਹੈ ਕਿ ਨਹੀਂ, ਖਾਲੀ ਘਰ ਦੇ ਉੱਪਰ ਡੰਡੇ ਮਾਰੇ ਜਾਂਦੇ ਆ। ਜਦੋਂ ਪੰਜਾਬ ਦੇ MLA ਦਿੱਲੀ ਮਿਲਣ ਗਏ ਹਾਈਕਮਾਂਡ ਨੂੰ, ਉਦੋਂ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਬਰਗਾੜੀ ਕਾਂਡ ਦੇ ਵਿੱਚ ਬੁਲਾ ਲਿਆ, ਲੇਕਿਨ ਅੱਜ ਉਸ ਤੋਂ ਬਾਅਦ ਕੋਈ ਗੱਲ ਨਹੀਂ। ਸੋ ਸਾਨੂੰ ਵਿਸ਼ਵਾਸ ਨਹੀਂ ਰਿਹਾ ਕਿ ਇਹ ਮੁੱਦੇ ਪੂਰੇ ਹੋਣਗੇ। ਕੋਈ ਗਰੁੱਪ ਨਹੀਂ ਹੈ, ਤੁਸੀਂ ਹਮੇਸ਼ਾ ਇੱਕੋ ਹੀ ਗੱਲ ਕਰਦੇ ਹੋ ਕਿ ਕਿੰਨਿਆਂ ਦਾ ਸਮਰਥਨ ਹੈ ਕੀ ਆ, ਲੇਕਿਨ ਇਹ ਪੰਜਾਬ ਦੀ ਗੱਲ ਹੈ, ਇਸ਼ੂਜ਼ ਦੀ ਗੱਲ ਹੈ, ਔਰ ਇਸ਼ੂਜ਼ ਨੂੰ ਐਡਰੈਸ ਕਰਵਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਔਰ ਉਹਦੇ ਲਈ ਹੀ ਅਸੀਂ ਜਿਹੜਾ ਆ ਇਹ ਜਿਹੜਾ ਆ ਉਹ ਮਿਲ। ਪ੍ਰਗਟ ਜੀ, ਚੀਫ ਮਿਨਿਸਟਰ ਕੀ ਲੱਗਦਾ ਹੈ ਕਿ ਮੈਜੋਰਟੀ ਆਫ ਕਾਂਗਰਸ MLA ਦਾ ਟਰੱਸਟ ਜਿਹੜਾ ਨੇ ਉਹ ਖੋ ਚੁੱਕੇ ਨੇ? ਦੇਖੋ, ਕੰਮ ਦੀ ਗੱਲ ਹੈਗੀ ਆ, ਕਿਉਂਕਿ ਜਦੋਂ ਕੰਮ ਦੇ ਵਿੱਚ ਡਿਲੇ ਹੁੰਦਾ ਆ, ਕੰਮ ਉੱਥੇ ਦਾ ਉੱਥੇ ਹੀ ਖੜਾ ਆ, ਕੰਮ ਦੀ ਗੱਲ ਨਹੀਂ ਹੈ, ਇਸ਼ੂਜ਼ ਦੀ ਗੱਲ, ਔਰ ਇਸ਼ੂ ਜਦੋਂ ਸੋਲਵ ਨਹੀਂ ਹੁੰਦੇ ਤਾਂ ਫਿਰ ਓਬਵੀਅਸਲੀ ਆ ਕਿ ਸਾਨੂੰ ਸਾਰਿਆਂ ਨੂੰ ਉਸ ਗੱਲ ਦੀ ਤਕਲੀਫ ਹੈ। ਇਹੀ ਬਿਆਨਬਾਜ਼ੀ ਨਾ ਕੀਤੀ ਜਾਵੇ। ਦੇਖੋ, ਇਸ ਵਾਰ ਨਹੀਂ, ਇਹ ਹਰ ਵਾਰੀ ਖਿੱਚੋਤਾਨ ਚੱਲਦੀ ਰਹਿੰਦੀ ਆ, ਜ਼ਿੰਦਗੀ 'ਚ ਪੋਲੀਟਿਕਸ ਦਾ ਹਿੱਸਾ ਵਾ, ਲੇਕਿਨ ਉਹ ਖਿੱਚਾ ਤੋਂ ਆਉਂਦਾ ਨੁਕਸਾਨ ਪਾਰਟੀ ਨੂੰ ਨਹੀਂ ਹੋਣਾ ਚਾਹੀਦਾ, ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ। ਸਰ, ਤੁਹਾਨੂੰ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੂੰ ਸਮਝਾਉਣਾ ਚਾਹੀਦਾ ਸਲਾਹਕਾਰਾਂ ਨੂੰ? ਇਹ ਦੇਖੋ ਜੀ, ਤੁਸੀਂ ਸਾਡੇ ਤੋਂ ਯੂਥ ਕਾਂਗਰਸ ਦੇ ਮਸਲੇ 'ਤੇ ਗੱਲਾਂ ਪੁੱਛੋ, ਜ਼ਿਆਦਾ ਵਧੀਆ ਵਾ, ਇਹ ਪਾਰਟੀ ਪ੍ਰਧਾਨ ਦੀਆਂ ਗੱਲਾਂ ਔਰ ਸਰਕਾਰ ਦੀਆਂ ਗੱਲਾਂ, ਇਹ ਤੁਸੀਂ ਸਰਕਾਰ ਦੇ ਨੁਮਾਇੰਦਿਆਂ ਤੋਂ ਪੁੱਛੋ। ਤੁਸੀਂ ਪੰਜਾਬ ਨੂੰ ਰੀਪ੍ਰੈਜ਼ੈਂਟ ਕਰਦੇ? ਬਿਲਕੁਲ, ਅਸੀਂ ਨੌਜਵਾਨਾਂ ਨੂੰ ਰੀਪ੍ਰੈਜ਼ੈਂਟ ਕਰਦੇ ਹਾਂ, ਯੂਥ ਕਾਂਗਰਸ ਨੂੰ ਰੀਪ੍ਰੈਜ਼ੈਂਟ ਕਰਦੇ ਹਾਂ, ਔਰ ਯੂਥ ਦੇ ਮਸਲਿਆਂ ਦੇ ਵਿੱਚ ਜਿਹੜੀ ਗੱਲਾਂ ਬਾਤਾਂ ਵਾ ਉਹਨਾਂ ਨੂੰ ਅਸੀਂ ਅੱਗੇ ਰੱਖਾਂਗੇ। ਮੇਰੀ ਰਾਏ ਆ, ਸਭ ਕੀ ਰਾਏ ਹੈ, ਸਭ ਕੁਝ ਸੀਐਮ ਸਾਹਿਬ ਕੋ ਰਿਪਲੇਸ ਹੋਣਾ ਚਾਹੀਏ, ਨਹੀਂ ਤਾਂ ਕਾਂਗਰਸ ਨਹੀਂ ਬਚੇਗੀ। ਤਾਂ ਸਰ ਕੌਣ ਹੋਗਾ ਸੀਐਮ ਫੇਸ ਫਿਰ? ਸੋਨੀਆ ਗਾਂਧੀ ਸਾਹਿਬ ਮਿਲਣੇ ਜਾ ਰਹੇ ਹੈ, ਇਸ ਵਿਸ਼ੇ ਪੇ ਬਾਤ ਕਰੇਂਗੇ। ਅਭੀ ਕਿਤਨੇ ਵਿਧਾਇਕ ਆਪਕੇ ਸਾਥ ਹੈ? ਜੋ ਨੰਬਰ ਛੋੜੋ, ਜਬ ਦਿੱਲੀ ਪਹੁੰਚੇਗਾ ਆਪਕੋ ਪਤਾ ਚੱਲ ਜਾਏਗਾ, ਜਾਂ ਹਾਈ ਕੋਰਟ ਜਾ ਰਹੇ ਹੋ ਜੀ, ਕਿੱਥੇ ਹੋ? ਹਾਂ, ਆਜ ਹੀ ਨਿਕਲੇਂਗੇ। ਅੱਛਾ ਬਾਜਵਾ ਸਾਹਿਬ, ਫਿਰ ਸੀਐਮ ਫੇਸ ਕੌਣ ਹੈ ਇਸਕੇ ਬਾਅਦ? ਇਹ ਹਾਈ ਕੋਰਟ ਕਾ ਫੈਸਲਾ ਹੋਤਾ ਹੈ ਮੇਰਾ ਨਹੀਂ। ਲੇਕਿਨ ਇਹ ਸੀਐਮ ਕਬੂਲ ਨਹੀਂ ਆਪ ਲੋਗੋਂ ਕੋ? ਜੀ, ਹਾਈ ਕੋਰਟ ਕੋ ਬਤਾ ਦਿਆ ਮੈਨੇ, ਬਹੁਤ ਕੁਝ ਕਹਿ ਦਿਆ, ਬਸ ਠੀਕ ਹੈ ਬਾਤ। ਕੈਪਟਨ ਕਬੂਲ ਨਹੀਂ ਹੈਗਾ। ਵੱਡਾ ਸਵਾਲ ਇੱਕੋ ਪੁੱਛਾਂਗੇ ਅਸੀਂ, ਵੱਡਾ ਸਵਾਲ ਇਹ ਪੁੱਛਾਂਗੇ ਕਿ ਕਾਂਗਰਸ ਹਾਈਕਮਾਨ ਆਖਰੀ 6 ਮਹੀਨੇ ਵਿੱਚ ਕੈਪਟਨ ਬਦਲਣ ਵਾਲੀ ਚਾਲ ਚੱਲੇਗੀ? ਇਹ ਵੱਡਾ ਸਵਾਲ ਹੈ ਅਤੇ ਇਸ ਸਵਾਲ 'ਤੇ ਚਰਚਾ ਹੋਵੇਗੀ। ਪੈਨਲ ਸਾਡਾ ਮੌਜੂਦ ਹੈ, ਉਹਨਾਂ ਤੁਹਾਡਾ ਤਾਰਫ ਕਰਾਉਣਾ ਅਤੇ ਉਸ ਤੋਂ ਬਾਅਦ ਚਰਚਾ ਸ਼ੁਰੂ ਕਰਦੇ ਹਾਂ। ਪ੍ਰੋਫੈਸਰ ਕੁਲਦੀਪ ਸਿੰਘ ਪੋਲੀਟੀਕਲ ਐਨਲਿਸਟ ਨੇ, ਪ੍ਰੋਫੈਸਰ ਕੁਲਦੀਪ ਸਿੰਘ ਇਸ ਰਾਜਨੀਤੀ ਨੂੰ ਬਹੁਤ ਨੇੜੋਂ ਦੇਖਦੇ ਆ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਪੋਲੀਟਿਕਸ ਦੇ ਬਾਰੇ ਇਹ ਲਗਾਤਾਰ ਡਿਬੇਟਸ ਵਿੱਚ ਵੀ ਸ਼ਾਮਿਲ ਹੁੰਦੇ ਰਹੇ ਆ, ਅਤੇ ਇਹ ਅੰਮ੍ਰਿਤਸਰ ਬੈਠੇ ਆ ਅਤੇ ਅੰਮ੍ਰਿਤਸਰ ਤੋਂ ਇਹ ਸਾਰੀ ਸਿਆਸਤ ਆ ਜਿਹੜੀ ਉਸਦਾ ਮੁੱਢ ਬੱਝਿਆ ਜਾ ਰਿਹਾ, ਅਤੇ ਮਾਝਾ ਐਕਸਪ੍ਰੈਸ ਅੱਗੇ ਲੱਗੀ ਹੋਈ ਹੈ, ਇਸ ਕਰਕੇ ਪ੍ਰੋਫੈਸਰ ਕੁਲਦੀਪ ਸਿੰਘ ਦਾ ਹੋਣਾ ਲਾਜ਼ਮੀ ਸੀਗਾ, ਇਸ ਕਰਕੇ ਨਾ ਸੱਦਿਆ। ਪ੍ਰੋਫੈਸਰ ਕੁਲਦੀਪ ਸਿੰਘ, ਤੁਹਾਡਾ ਬਹੁਤ ਸਵਾਗਤ ਹੈ ਸਰ।
कांग्रेस स्पोक्सपर्सन अज नहीं आए गए। कांग्रेस स्पोक्सपर्सन एक ने हाँ करती सी अखीर विच कहिंदे कोई जरूरी मीटिंग आ गई इसलिए नहीं आ सकते। मीटिंग समझी जा सकती है जिहड़ी मीटिंग उन्हां दे खिलाफ हो चुकी है इसलिए उन्हां दा बोलना वाजिब नहीं समझा जा रहा है। पार्टी लाइन है जिहड़ी वह किवें टोक करनगे उन्होंने समझ नहीं आ रहा किहड़े धड़े दे हक विच बोलीए ते किहड़े धड़े दे विरोध विच बोलीए। इस करके कांग्रेस स्पोक्सपर्सन इत्थे नहीं हैगी पर उन्हां दी चेयर है उन्हां दी कुर्सी है खाली रहेगी ते देखती रहेगी कांग्रेस पंजाब लई की कर रही है ते आप दे लई की कर रही है सवाल उन्हां तों लाजमी हुंदा रहेगा। नवदीप सिंह जी दा आम आदमी पार्टी स्पोक्सपर्सन है ये अक्सर कहती रही है पार्टी के बादल ते कैप्टन आपस च रले हुए है ते इना दे वैसे लीडर है वो हमेशा कहते होंगे सब मिले हुए जी ये उसे लाइन नूं टो करते पे सी कांग्रेस ने अज उसे लाइन ते बयान दे दिता ते इस करके आम आदमी पार्टी नूं सद्या मुख विरोधी ते रहा ते कांग्रेस दे मंत्री ये कहिंदे आ कि कैप्टन ते बादल रले होए ते उस करके आम आदमी पार्टी दा होना लाजमी। नवदीप सिंह जी दा तुहाडा बहुत स्वागत है। रजिंदर दीपा श्रोमणी अकाली दल दा स्पोक्सपर्सन है इन्हां दा होना इत्थे इस करके लाजमी सीगा क्योंकि कांग्रेस की जिहड़ी पॉलिटिक्स आ उसनों बहुत नेड़ों देखा रजिंदर दीपा ने तो रजिंदर दीपा ने कांग्रेस छड्डी सी तो उस तों बाद श्रोमणी अकाली दल विच गए तो इस करके रजिंदर दीपा तो भी सवाल होने लाजमी है कि श्रोमणी अकाली दल किंदे नाल फाइट करना चाहुंदा कैप्टन अमरिंदर सिंह नाल जां नवें उसनों सिद्धू नाल तो कैप्टन बदलना की पंजाब के मसले हल हो जाएंगे यह भी श्रोमणी अकाली दल तो पूछा जाऊगा। रजिंदर दीपा तुहाडा बहुत स्वागत है। सब तो पहला सवाल प्रोफेसर कुलदीप सिंह तुहानू करना चाहूँगा। प्रोफेसर कुलदीप सिंह कैप्टन अमरिंदर सिंह के खिलाफ बहुत बयान हुए हैं मैं उन्होंने कल्ले कल्ले बयान की चर्चा जरूर करना चाहुंदा। एक मंत्री कह रहे हैं कैप्टन के हुंदिया कांग्रेस नहीं बचेगी। मेरा सवाल है कैप्टन के हुंदिया जां बादल के हुंदिया पंजाब बच जाएगा? कुलदीप सिंह जी देखो ये जो तुम दूजा सवाल किया बहुत वड्डा है हालांकि मेरा जवाब यही होएगा कि जिहड़ा पोस्ट मिलीटेंसी वाला पंजाब आ उहदियां समस्यावां नूं पंजाब दियां राजनीतिक पार्टियां ने नहीं सुलझाया जदों मैं ये कहना उहदे च अकाली दल बीजेपी की सरकार भी शामिल है पर अज असीं मुढ़ले तौर पर कांग्रेस की गल करन लई बैठे हाँ ये सवाल का जवाब मैं बहुता ना दिंदे हुए मैं कांग्रेस ते आवांगा जी। मैं तुहानूं देखो इस गल ते कोई बहुतियां दो रावां नहीं कांग्रेस दे बंदे आप ये मनदे ने कि साडी सरकार ने पिछले साढ़े चार साल विच परफॉर्म नहीं किया आपां सारे भी कहिंदे आ कि कांग्रेस की सरकार ने परफॉर्म नहीं किया। रीसेंट कॉन्टेक्सट यह है कि कांग्रेस का प्रधान बदलिया गया इस गल के बावजूद कि कारगुजारी सरकार की माड़ी सी बदलता प्रधान जिहड़ी साढ़े लोगों की समझ आ की कहती है बदलिया इस करके कि जे एंटी इनकम्बेंसी काउंटर करना है ते फिर सिद्धू नूं लै आओ पर उस तों बाद फिर इस गल की आस की जाती सी कि 18 नुकाती प्रोग्राम से घट्टो घट्ट कोई प्रोग्रेस होगी इस गल की आस की जाती सी कि नवजोत सिंह सिद्धू प्रैशर यूज करके अपने दमखम से सरकार तो काम कराउणगे वह नहीं होए जिहदा मैना यह होया कि हुण जिहड़े जिहड़े कैप्टन अमरिंदर सिंह दे विरोधी ग्रुप वाले लोग ने उन्होंने ये गल कंकलूड कर लिया कि जिहड़ी गल का क्रैडिट नवजोत सिंह सिद्धू नूं संभावित तौर पर मिल सकता वह कम नहीं होगी इस करके जिहड़ी जिहड़ी अज दियां घटनावां ने वह कैप्टन अमरिंदर सिंह दे नाल डिफरेंस नहीं है वह कैप्टन अमरिंदर सिंह दे खिलाफ विद्रोह है। तुसीं चरणजीत सिंह चन्नी की भाषा का एनालिसिस कर लो तुसीं तृप्त रजिंदर सिंह बाजवा का एनालिसिस कर लो सो ये हुण अगली गल हुण लगता यह है मेरी गल ध्यान सुन लगता यह है हो सकता है कि कांग्रेस हाईकमांड ने जिहड़ी जिहड़ी पहला प्रधान की तब्दीली की है वो उस वेले ही अंडरस्टैंडिंग हो गए कि पहली स्टेज पर प्रधान नूं बदलो दूजी स्टेज पर चीफ मिनिस्टर नूं बदलांगे जबकि कैप्टन अमरिंदर सिंह नूं ये अशोरेंस दे दित्ती होवे कि तुसीं जी अपनी टर्म पूरी करो सो इस करके इस ये बिल्कुल संभव है कि कांग्रेस हाईकमांड ने जो कांग्रेस का प्रधान बदलिया नवजोत सिंह सिद्धू लेके आंदा है उस वेले ही इन्हां दी अंडरस्टैंडिंग क्योंकि लगातार खबर आ रही ने कि जिहड़ी कांग्रेस की हाईकमांड है उहदे विच जिहड़े जिन्हां कोल इस वेले कमांड हैगी आ राहुल गांधी ते प्रियंका वाड्रा कोल ओह कैप्टन दे हक विच नहीं हैगे सो इस करके मैनू यह लगता है एक गल होर सो मैनू यह लगता है कि एन संभव है कि कांग्रेस हाईकमांड के इशारे ते यह हुंदा हो रहा हो जे यह गल सच होई फिर कैप्टन का बदलाया जाना संभव है जिहड़ी नंबर गेम सानू इस वेले नजर नहीं आ रही यह नंबर गेम बहुत बिना समा लए बदल जाएगी। चलो मैं एक छोटा ब्रेक लूंगा ब्रेक तो वापस आवांगा कि नंबर गेम बदल जाएगी कि पंजाब लई कुछ बदलेगा साडा सवाल तां पंजाब है
कांग्रेस की कुर्सी कैप्टन की कुर्सी साडा सवाल वो नहीं हैगा। हालांकि इस सवाल के जवाब दे विच पंजाब का सवाल पूछा जाना लाजमी है, उस पंजाब के जवाब दे विच ये लीडर की जवाब देंगे, साडा सवाल यही है। वापस आ रहे हैं कि पंजाब करेगा स्वागत, सीएम साहब को रिप्लेस होना चाहिए नहीं तो कांग्रेस नहीं बचेगी। इस मुख्यमंत्री नाल साडे मसले हल नहीं हो रहे, सानू सारे नू उस गल दी तकलीफ है कि कांग्रेस हाईकमान आखिरी 6 महीने में कैप्टन बदलने वाली चाल चलेगी। कांग्रेस स्पोक्सपर्सन साढ़े नाल नहीं है कि मैं वार बार दस रहा कुर्सी खाली उन्होंने। नवजीत सिंह जी का स्वागत करते हो, कांग्रेस ने इस मुद्दा खड़ा कर लिया, बहुत वधिया किया नवजीत सिंह जी का, वेलकम कर दी आम आदमी पार्टी। देखो सर, मैं पहली गल तो यह कहना चाहना है कि जेडे अज तृप्त रविंद्र बाजवा जी अज बोल रहे हैं सिर्फ इलेक्शन दे विच 4 महीने रह गए तृप्त रजिंद्र बाजवा जी की करते पे सी, जां इन्हां दे होर जिहड़े विधायक आ जां मंत्री आ अज बोल रहे हैं, इन्हां नूं पहला क्यों नहीं दिखाया कि पंजाब दा नुकसान हो रहा है, पंजाब विच माफिया राज फैल रहा है, पंजाब दा इन्ना बुरा हाल हो रहा है, यह सारा ड्रामा कर रहे हैं। बिल्कुल इन्हां दा ड्रामा है क्योंकि इन्हां ने जिहड़ा यह सिस्टम बनाया कि कांग्रेस कांग्रेस वर्सिज कांग्रेस, ताकि लोगों दे विच आवाज जावे। और तुसीं देख लो यह 5-7 दिन ड्रामा फिर चलेगा, फिर साइलेंट हो जाएगा, इन्हां दा काम इदां ही चलदा रहना। और नवजोत सिंह सिद्धू, आपां चाहुंदे इह गल कित्थों तक सच्चाई है वी नवजोत सिंह सिद्धू जिहड़ा पंजाब दा भला कर सकदे जां कोई होर कोई लीडर पंजाब दा भला कर सकदा गा। कैप्टन बिल्कुल कैप्टन पंजाब दे विच नहीं आए, पिछले 4.5 साल तो नहीं आए, पर नाल दे नाल इह जिहड़े अज मंत्री रौला पा रहे आ, जिहड़े एमएलए रौला पा रहे आ, उन्नी जिम्मेवार इह है, इन्हां ने पिछले 4.5 साल तो बिल्कुल जिहड़ा पंजाब च करप्शन कीती है, पंजाब नूं लुट के खाधा है। और 2022 दी गेम किवें जितनी है ਉਹਦੇ ਵਾਸਤੇ ਨਵੀਆਂ ਗੇਮਾਂ ਬਣਾ ਕੇ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ। ਔਰ ਨਵਜੋਤ ਸਿੰਘ ਸਿੱਧੂ ਤਾਂ ਬਿਲਕੁਲ ਨਹੀਂ ਇਸ ਗੱਲ ਦੇ ਕਾਬਲ ਨਹੀਂ, ਤੇ ਕੈਪਟਨ ਸਾਹਿਬ ਵੀ ਇਸ ਗੱਲ ਦੇ ਕਾਬਲ ਨਹੀਂ। ਮੈਂ ਤਾਂ ਇਹ ਗੱਲ ਕਹੂੰਗਾ ਕਿ ਜਿਹੜੀ ਕਾਂਗਰਸੀ ਸਰਕਾਰ ਹੈ ਉਹ ਬਿਲਕੁਲ ਇਸ ਗੱਲ ਦੇ ਕਾਬਲ ਨਹੀਂ ਕਿ ਪੰਜਾਬ ਵਿੱਚ ਆਪਦੀ ਸਰਕਾਰ ਬਣਾ ਕੇ ਪੰਜਾਬ ਦਾ ਭਲਾ ਕਰ ਸਕੇਗੀ। ਸੋ ਜਿਹੜਾ ਕਾਂਗਰਸ ਦਾ ਖਾਤਮਾ ਹੋਣਾ ਬਿਲਕੁਲ ਤੈਅ ਹੈ, ਤੇ ਨਾਲ ਦੀ ਨਾਲ ਅਕਾਲੀ ਦਲ ਦਾ ਖਾਤਮਾ ਹੋਣਾ ਤੈਅ ਹੈ, ਨਵੀਂ ਸੋਚ ਨਵੀਂ ਪਾਰਟੀ ਆਏਗੀ ਬਿਲਕੁਲ। ਜਿੱਦਾਂ ਜੀ ਜਿੱਦਾਂ ਜੀ ਤੁਸੀਂ ਸਿੱਧੂ ਸਾਹਿਬ ਦਾ ਬੜਾ ਵੈਲਕਮ ਕਰਦੇ ਹੁੰਦੇ ਸੀਗੇ, ਸਿੱਧੂ ਸਾਹਿਬ ਪ੍ਰਧਾਨ ਬਣ ਕੇ ਤੁਹਾਡੀ ਸੀਐਮ ਵਾਲੀ ਕੁਰਸੀ ਜਿਹੜੀ ਉਹ ਖਾਲੀ ਰਹਿ ਗਈ, ਜਿਹੜਾ ਫੇਸ ਤੁਸੀਂ ਨਹੀਂ ਲਿਆ ਸਕੇਗੇ। ਹੁਣ ਸਿੱਧੂ ਸਾਹਿਬ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ, ਆਮ ਆਦਮੀ ਪਾਰਟੀ ਦਾ ਕੋਈ ਸਟੈਂਡ ਹੈਗਾ ਕਿ ਨਹੀਂ ਜੀ ਦਾ ਸਾਹਿਬ? ਦੇਖੋ ਜੀ, ਜਿਹੜੇ ਟਵਿੱਟਰ ਕਰਦੇ ਸਿੱਧੂ ਸਾਹਿਬ, ਅਸੀਂ ਉਹਨਾਂ ਦੇ ਟਵਿੱਟਰ ਪੜ੍ਹਦੇ ਸੀ, ਟਵਿੱਟਰ ਦੇ ਉੱਪਰ ਬੜਾ ਕਹੇ ਸੀ ਪੰਜਾਬ 'ਚ ਭ੍ਰਿਸ਼ਟਾਚਾਰ ਆ, ਪੰਜਾਬ ਦੇ ਮੰਤਰੀ ਭ੍ਰਿਸ਼ਟ ਹੈ, ਕੈਪਟਨ ਭ੍ਰਿਸ਼ਟ ਆ, ਪਰ ਸਾਨੂੰ ਕੀ ਪਤਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਮਨਸ਼ਾ ਦੇ ਵਿੱਚ ਜਿਹੜਾ ਇੰਨਾ ਖੋਟ ਹੈ, ਕੱਲੀ ਦਾਲ ਦੇ ਵਿੱਚ ਕਾਲਾ ਨਹੀਂ ਦਾਲ ਹੀ ਕਾਲੀ ਸੀ। ਜੀ ਦਾ ਸਾਹਿਬ ਇੰਨੇ ਸਿਆਣੇ ਤੁਸੀਂ ਤੁਸੀਂ ਪੜ੍ਹੇ ਲਿਖੇ ਹੋ ਜੀ ਦਾ ਸਾਹਿਬ, ਤੁਸੀਂ ਟਵਿੱਟਰ ਤੇ ਭਰੋਸਾ ਕਰਕੇ ਚੱਲਦੇ ਰਹੇ ਸਰ, ਤੁਹਾਡੀ ਪਾਰਟੀ ਸਰ ਪ੍ਰੈਸ ਕਾਨਫਰੰਸ ਤੇ ਚੱਲਦੀ ਪਈ ਆ, ਗਰਾਊਂਡ ਤੇ ਉਤਰੋ ਨਾ, ਗਰਾਊਂਡ ਦੀ ਗੱਲ ਕਿਉਂ ਨਹੀਂ ਕਰਦੇ? ਸਿੱਧੂ ਸਾਹਿਬ ਦੇ ਟਵੀਟ ਤੇ ਭਰੋਸਾ ਕਰ ਲਿਆ ਤੁਸੀਂ ਜੀ ਦਾ ਸਾਹਿਬ? ਅਸੀਂ ਬਿਲਕੁਲ ਗਰਾਊਂਡ ਤੇ ਉਤਰੇ ਹੋਏ ਆ ਜੀ, ਅਸੀਂ ਗਰਾਊਂਡ ਤੇ ਉਤਰੇ ਹੋਏ ਆ, ਤਾਂ ਹੀ ਇਹਨਾਂ ਦੇ ਵਿੱਚ ਖਲਬਲੀ ਮੱਚੀ ਹੋਈ ਹੈ। ਜੇਕਰ ਆਮ ਆਦਮੀ ਪਾਰਟੀ ਗਰਾਊਂਡ ਤੇ ਉਤਰ ਕੇ ਲੋਕਾਂ ਦੇ ਨਾਲ ਜੁੜੀ ਹੈ, ਤਾਂ ਹੀ ਇਹ ਕੈਪਟਨ ਭੱਜਿਆ ਫਿਰਦਾ, ਤਾਂ ਹੀ ਇਹ ਸਿੱਧੂ ਭੱਜਿਆ ਫਿਰਦਾ, ਤਾਂ ਹੀ ਸੈਂਟਰ ਦੀ ਸਰਕਾਰ ਭੱਜੀ ਫਿਰਦੀ ਹੈ। ਇਹ ਜੇਕਰ ਇਹਨਾਂ ਦੋਨੇ ਰਲੀ ਮਿਲੀ ਗਏ, ਮੈਂ ਇੱਕ ਗੱਲ ਹੋਰ ਦੱਸ ਦਿੰਦਾ ਸਰ, ਜੇਕਰ ਇਕੱਲਾ ਅਕਾਲੀ ਦਲ ਔਰ ਕਾਂਗਰਸ ਹੀ ਮੈਦਾਨ ਦੇ ਵਿੱਚ ਹੁੰਦੇ ਤਾਂ ਇਹਨਾਂ ਨੂੰ ਇੰਨੀ ਬੇਚੈਨੀ ਨਹੀਂ ਹੋਣੀ ਸੀਗੀ, ਇਹਨਾਂ ਨੇ ਰਲ ਮਿਲ ਕੇ 5-5 ਸਾਲ ਦੀ ਵੰਡ ਕਰਨੀ ਸੀ। ਇਹਨਾਂ ਨੂੰ ਡਰ ਇਸ ਗੱਲ ਦਾ ਕਿ ਆਮ ਆਦਮੀ ਪਾਰਟੀ ਹੋਣਾ ਹੈ। ਮੈਂ ਇੱਕ ਸਵਾਲ ਦਾ ਜਵਾਬ ਦੇ ਦਿਓ, ਉਸ ਤੋਂ ਬਾਅਦ ਮੈਂ ਰਜਿੰਦਰ ਦੀਪਾ ਕੋਲ ਜਾਊਂਗਾ। ਜੀਦਾ ਸਾਹਿਬ ਇੱਕ ਸਵਾਲ ਦਾ ਜਵਾਬ ਦੇ ਦਿਓ ਕਿਰਪਾ ਕਰਕੇ, ਨਵਜੋਤ ਸਿੰਘ ਸਿੱਧੂ ਦੇ ਬਾਰੇ ਤੁਸੀਂ ਕੀ ਕਮੈਂਟ ਕਰੋਗੇ? ਹੁਣ ਪਹਿਲਾਂ ਤੁਸੀਂ ਕਹਿੰਦੇ ਕੈਪਟਨ ਦੇ ਬਾਦਲ ਰਲੇ ਹੋਏ ਆ, ਜੇ ਨਵਜੋਤ ਸਿੰਘ ਸਿੱਧੂ ਅੱਗੇ ਆਉਂਦੇ ਆ, ਨਵਜੋਤ ਸਿੰਘ ਸਿੱਧੂ ਤੇ ਬਾਦਲ ਵੀ ਰਲ ਜਾਣਗੇ? ਜੀਦਾ ਸਾਹਿਬ ਤੁਹਾਡੀ ਪਾਰਟੀ ਦਾ ਸਟੈਂਡ ਕੀ ਆ? ਦੇਖੋ ਜੀ, ਨਵਜੋਤ ਸਿੰਘ ਸਿੱਧੂ ਜਿਹੜੀਆਂ ਗੱਲਾਂ ਕਰਦੇ ਸੀਗੇ, ਵਿਸ਼ਵਾਸ ਤਾਂ ਪਹਿਲੇ ਹੀ ਨਹੀਂ ਸੀਗਾ, ਪਰ ਟਵਿੱਟਰ ਦੇ ਉੱਪਰ ਬੜਾ ਕੁਝ ਕਹਿੰਦੇ ਹੁੰਦੇ ਸੀਗੇ, ਪਰ ਜਦੋਂ ਦੇ ਪ੍ਰਧਾਨ ਬਣਾ ਦੇ ਹੱਥਾਂ ਨੂੰ ਸਟੇਜ ਤੇ ਬੈਠੇ ਥੁੱਕ ਲਾ ਕੇ ਸਿਕਸਰ ਮਾਰੀ ਜਾਂਦੇ ਆ, ਔਰ ਉਹਨਾਂ ਮੰਤਰੀਆਂ ਨਾਲ ਜੱਫੀਆਂ ਪਾਈਆਂ, ਉਹਨਾਂ ਐਮਐਲਏ ਨਾਲ ਜੱਫੀਆਂ ਪਾਈਆਂ ਜਿਹੜੇ ਸਭ ਤੋਂ ਵੱਧ ਪ੍ਰੈਸ ਸੀ, ਅਸੀਂ ਉਹਨਾਂ ਦਾ ਵੈਲਕਮ ਕਰਦੇ। ਜੇਕਰ ਪੰਜਾਬ ਦਾ ਭਲਾ ਕਰਦੇ, ਅਸੀਂ ਨਵਜੋਤ ਸਿੰਘ ਸਿੱਧੂ ਦਾ ਬਿਲਕੁਲ ਵੈਲਕਮ ਕਰਦੇ ਕਿ ਤੁਸੀਂ ਪੰਜਾਬ ਦਾ ਭਲਾ ਕਰ ਰਹੇ ਹੋ, ਪਰ ਸਾਨੂੰ ਕੀ ਪਤਾ ਸੀ ਉਹਨਾਂ ਨੀਅਤ ਵਿੱਚ ਐਡਾ ਵੱਡਾ ਖੋਟ ਹੈ ਕਿ ਉਹ ਕਹਿੰਦੇ ਕੁਛ ਹੈ ਕਰਦੇ ਕੁਛ ਹੈ, ਕਹਿਣੀ ਕਰਨੀ ਦੇ ਜਿਹੜੇ ਅਲੱਗ ਅਲੱਗ। ਚਲੋ ਜੀਦਾ ਸਾਹਿਬ, ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਜੇ ਕੰਫਰਟੇਬਲ ਹੈਗੇ ਹੋ ਕੁਰਸੀ ਦੇ ਲਈ ਜਿਹੜਾ ਸਾਰਾ ਕੁਝ ਕੀਤਾ। ਜੀਦਾ ਸਾਹਿਬ, ਜੇ ਕੰਫਰਟੇਬਲ ਹੈਗੇ ਤਾਂ ਇਸ ਸਵਾਲ ਦਾ ਜਵਾਬ ਦੇ ਦਿਓ ਕਿ ਨਵਜੋਤ ਸਿੰਘ ਸਿੱਧੂ ਵੀ ਬਾਦਲਾਂ ਨਾਲ ਰਲ ਜਾਣਗੇ, ਜਿਹੜਾ ਤੁਸੀਂ ਇਲਜ਼ਾਮ ਕੈਪਟਨ ਤੇ ਲਾਉਂਦੇ ਰਹੇ ਹੋ ਵਾਰ-ਵਾਰ? ਦੇਖੋ ਜੀ, ਨਵਜੋਤ ਸਿੰਘ ਸਿੱਧੂ ਦੇ ਵਿੱਚ ਬਾਦਲਾਂ ਨਾਲ ਰਲਦੇ ਆ ਨਹੀਂ ਰਲਦੇ, ਪਰ ਉਹਦੇ ਆਪਦੀ ਪਾਰਟੀ ਵਿੱਚ ਰਹਿ ਕੇ ਕੰਮ ਕਰਨ ਦੀ ਕਪੈਸਿਟੀ ਹੈ ਨਹੀਂ ਉਹਨਾਂ ਦੇ ਵਿੱਚ, ਕਿਉਂਕਿ ਉਹਨਾਂ ਨੇ ਮੇਰੀ ਇੱਕ ਗੱਲ ਦਾ ਜਵਾਬ ਲਿੱਤਾ ਜਾਵੇ ਜੀ, ਇੱਕ ਗੱਲ ਦਾ ਜਵਾਬ ਲਿੱਤਾ ਜਾਵੇ। ਅੱਜ ਨਵਜੋਤ ਸਿੰਘ ਸਿੱਧੂ ਜੋ ਟਵਿੱਟਰ ਉੱਪਰ ਇਹ ਗੱਲਾਂ ਕਹਿੰਦੇ ਸੀਗੇ ਤੇ ਉਹ ਕਰਦੇ ਕੁਛ ਹੋਰ ਪਏ ਆ, ਹੋ ਸਕਦਾ ਕੱਲ ਨੂੰ ਬਾਦਲਾਂ ਰਲ ਸਕਦੇ ਆ, ਕਿਉਂਕਿ ਜਿਹੜੇ ਬੰਦੇ ਦਾ ਕੋਈ ਸਟੈਂਡ ਹੀ ਨਹੀਂ, ਜਿਹੜੇ ਬੰਦੇ ਦਾ ਆਪਦਾ ਕੋਈ ਸਟੈਂਡ ਨਹੀਂ, ਉਹ ਕੁਛ ਵੀ ਕਰ ਸਕਦਾ ਅੱਗੇ ਜਾ ਕੇ, ਜਦੋਂ ਸਟੈਂਡ ਛੱਡ ਗਿਆ ਉਹ ਅੱਗੇ ਜਾ ਕੁਛ ਕਰ ਸਕਦੇ ਆ। ਚਲੋ ਠੀਕ, ਰਜਿੰਦਰ ਦੀਪਾ, ਲੜਾਈ ਸਾਰੀ ਤੁਹਾਡੀ ਪਾਈ ਹੋਈ ਹੈ, ਹਾਂ ਤੁਹਾਡਾ ਹੀ ਮਸਲਾ ਹੈ,
तो उस मसले के कारण ही सारा मसला खड़ा होया कि कैप्टन के बाद रले हुए आ ना बादलों के किसी मुद्दे को हाथ पाया जा रहा ना उनका हल कढ़ाया जा रहा इसे करके जिहड़ा कैप्टन अमरिंदर सिंह बदलो के पी सिंह जी चलो वो तो मैं गल तुहानू जवाब बाद च दिना पर अज जिहड़े चार मंत्री जो अज भी कैबिनेट का हिस्सा है कैबिनेट के मंत्री है और कुछ एम एल ए किन्ने है मैं नहीं जानता किन्ने है पर वो अज कह रहे हैं कि जो वादे किए सी पंजाब नाल असी सरकार बनाने वेले वो साडा कैप्टन नहीं कर सकया पूरे साडा इन्होंने पट्ठा बिठाता पर एक गल नहीं भुल गए एक जिहड़ी रिस्पोंसीबिलिटी हुंदी है कैबिनेट की कलैक्टिव रिस्पोंसीबिलिटी हुंदी है कैप्टन तो एक जो भी है चीफ मिनिस्टर है वो एक हैड करता है बाकी जिहड़ी कैबिनेट हुंदी है जो भी फैसले हुंदे है तुसी आपदा डिस्कस करदे हो दो दो चार चार अठ अठ घंटे तुहाडी कैबिनेट चलती है जो भी फैसले हुंदे आ कलैक्टिव हुंदे आ तुसी आपदा जिस दिन पहली कैबिनेट कीती तुसी आपदा रोड मैप बनाया आ असी वादे कीते असी छे महीने च करांगे असी साल च करांगे पूरा कीता तुहाडा एक एक जिहड़ी कैबिनेट दे मिनट्स ऑफ द मीटिंग है उत्थे सिग्नेचर है तुहाडे साइन है तुहाडी रबड़ स्टैंप है उहदे ते अज तुसी जे भजदे हो ਤਾਂ ਮੈਂ ਸਮਝਦਾ ਤੁਹਾਨੂੰ ਰੈਜ਼ਿਗਨੇਸ਼ਨ ਦੇ ਕੇ ਤਾਂ ਤੁਸੀਂ ਭੱਜ ਸਕਦੇ ਹੋ ਭਾਈ ਤੁਹਾਨੂੰ ਇਹ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਰਨਰ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਉੱਤੇ ਮੁੱਦੇ ਪਾ ਕੇ ਆਪਦੇ ਆਪ ਨੂੰ ਪਾਸੇ ਕੀਤਾ ਜਾ ਰਿਹਾ ਬਿਲਕੁਲ ਸਭ ਨੇ ਲੁੱਟ ਕੇ ਖਾਧਾ ਭਾਵੇਂ ਇਹਨਾਂ ਦਾ ਕੋਈ MLA ਹੈ ਭਾਵੇਂ MLA ਨਹੀਂ ਵੀ ਹੈ ਹਲਕਾ ਇੰਚਾਰਜ ਹੈ ਉਹ ਹੈ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ ਹੈ ਉਹਨਾਂ ਦਾ ਪਰਿਵਾਰ ਹੈ ਸਭ ਨੇ ਪੰਜਾਬ ਨੂੰ ਲੁੱਟਿਆ ਹੁਣ ਜਦੋਂ ਪਤਾ ਲੱਗਿਆ ਕਿ ਪਿੰਡਾਂ 'ਚ ਵੜਨ ਨਹੀਂ ਦੇਣਾ ਇਸ ਵਾਸਤੇ ਅੱਜ ਕੈਪਟਨ ਨੂੰ ਪਾਸੇ ਕਰਕੇ ਦੂਜਾ ਕੈਪਟਨ ਲਿਆਈਏ ਤਾਂ ਕਿ ਅਸੀਂ ਫਿਰ ਨਾ ਧੋ ਕੇ ਅੱਗੇ ਆ ਜਾਈਏ ਸਾਨੂੰ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕੀਤਾ ਜਾ ਰਿਹਾ ਬਿਲਕੁਲ ਸਾਨੂੰ ਕੋਈ ਅਫਸੋਸ ਨਹੀਂ ਅੱਜ ਦਾ ਕੀ ਸ਼ਾਮ ਨੂੰ ਲਾ ਦਿਓ ਇਹਨਾਂ ਦੀ ਹਾਈ ਕਮਾਂਡ ਆਪਦੀ ਵੀਕ ਹੈ ਇੰਨੀ ਵੀ ਇੰਨਾ ਹੁੰਦੀ ਤਾਂ ਇੰਨਾ ਜਿੰਨਾ ਰੋਲਾ ਰੱਪਾ ਪਿਆ ਅੱਜ ਤੋਂ ਪਹਿਲਾਂ ਕੁਛ ਨਾ ਕੋਈ ਫੈਸਲੇ ਹੋ ਜਾਣੇ ਸੀ ਹਾਈ ਕਮਾਂਡ ਆਪ ਵੀ ਕਹੇ ਤੁਹਾਨੂੰ ਅਫਸੋਸ ਤਾਂ ਹੋਣਾ ਚਾਹੀਦਾ ਦੀਪਾ ਜੀ ਬਿਲਕੁਲ ਸਾਨੂੰ ਤੁਹਾਨੂੰ ਕਿਉਂ ਨਹੀਂ ਅਫਸੋਸ ਹੋਣਾ ਜਦੋਂ ਤੁਹਾਡੇ ਬਾਰੇ ਬਾਰ ਬਾਰ ਕਹਿੰਦੇ ਤੁਹਾਡੇ ਨਾਲ ਰਲੇ ਹੋਏ ਆ ਤੁਹਾਨੂੰ ਤਾਂ ਨੁਕਸਾਨ ਹੋ ਜਾਊਗਾ ਦੇਖੋ ਇਹ ਆਮ ਆਦਮੀ ਪਾਰਟੀ ਵਾਲੇ ਇਹ ਇਲਜ਼ਾਮ ਲਾ ਰਹੇ ਪਹਿਲਾਂ ਇਹਨਾਂ ਦਾ ਇੱਕ ਰਾਘਵ ਚੱਡਾ ਜੀ ਪਰਸੋਂ ਬਿਆਨ ਦੇ ਰਹੇ ਸੀ ਕਿ ਬੀਜੇਪੀ ਤੇ ਵੀ ਇਹ ਅੱਜ ਵੀ ਰਲੇ ਹੋਏ ਆ ਇਹ ਡਾਇਰੈਕਸ਼ਨ ਸੈਂਟਰ ਦੀ ਜਿਹੜੀ ਬੀਜੇਪੀ ਲੀਡਰਸ਼ਿਪ ਦੇ ਹੁੰਦੇ ਆ ਤਾਂ ਕਿ ਉਹਨਾਂ ਦੇ ਜਿਹੜੇ ਮੰਤਰੀ ਉਹਨਾਂ ਦੇ ਸਾਬਕਾ ਮੰਤਰੀ MLA ਹੋਰ ਲੀਡਰ ਅਕਾਲੀ ਦਲ 'ਚ ਆ ਰਹੇ ਆ ਉਹ ਰਲੇ ਹੋਏ ਆ ਇਹ ਅੱਜ ਬੀਜੇਪੀ ਨਾਲ ਵੀ ਜਿਨ੍ਹਾਂ ਨੂੰ ਅਸੀਂ ਛੱਡਤਾ ਹੋਇਆ ਕੈਬਨਿਟ 'ਚ ਰਿਜ਼ਾਈਨ ਕਰਕੇ ਉਹਨਾਂ ਨਾਲ ਵੀ ਸਾਡੇ ਐਲੀਗੇਸ਼ਨ ਲਾ ਰਹੇ ਆ ਕੈਪਟਨ ਨਾਲ ਵੀ ਲਾ ਰਹੇ ਆ ਕੱਲ੍ਹ ਨੂੰ ਛੋਟੇਪੁਰ ਜੀ ਆ ਜਾਣਗੇ ਅਕਾਲੀ ਦਲ 'ਚ ਫਿਰ ਕਹਿਣਗੇ ਇਹ ਆਮ ਆਦਮੀ ਪਾਰਟੀ ਨਾਲ ਰਲੇ ਹੋਏ ਆ ਉਹ ਨਾ ਕਹਦੇ ਖਬਰ ਕਨਫਰਮ ਕਰਦੇ ਪਿਓ ਨਹੀਂ ਨਹੀਂ ਇਹ ਚਰਚਾ ਹੈ ਕਿ ਛੋਟੇਪੁਰ ਜੀ ਜਿਹੜੇ ਆਮ ਆਦਮੀ ਪਾਰਟੀ ਨੂੰ ਹੋਰ ਚੰਗੇ ਲੀਡਰ ਛੱਡ ਕੇ ਗਏ ਆ ਇਹਨਾਂ ਦੀਆਂ ਗਤੀਵਿਧੀਆਂ ਕਰਕੇ ਇਹਨਾਂ ਦੇ ਜੋ ਸਿਸਟਮ ਹੈ ਇਹਨਾਂ ਦੇ ਕੰਮ ਕਰਨ ਦਾ ਢੰਗ ਕਰਕੇ ਫਿਰ ਇਹ ਨਾ ਕਹਿਣ ਲੱਗ ਪਿਆ ਜੀ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਵੀ ਰਲੇ ਹੋਏ ਤੁਹਾਨੂੰ ਸਾਹਮਣੇ ਚਿਹਰਾ ਕਿਹੜਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਚਾਹੀਦਾ ਜਾਂ ਨਵਜੋਤ ਸਿੰਘ ਚਾਹੀਦਾ ਕੋਈ ਆ ਜੇ ਉਹ ਹੋਵੇ ਜਿਹੜਾ ਪੰਜਾਬ ਦੀ ਗੱਲ ਕਰੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੁਸੀਂ ਏਜੰਡੇ ਦੇ ਚੱਲੋ ਅਸੀਂ ਪਿਛੋਕੜ ਦੀ ਗੱਲ ਕਰਦੇ ਹਾਂ ਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ 10 ਸਾਲ ਅਸੀਂ ਕੀ ਕੀਤੇ ਤੁਸੀਂ ਕੀ ਇਹਨਾਂ 5 ਸਾਲਾਂ 'ਚ ਕੀਤਾ ਉਹਨਾਂ 'ਚ ਉਸ 'ਤੇ ਡਿਬੇਟ ਹੋਣੀ ਚਾਹੀਦੀ ਹੈ ਜਿਹੜਾ ਮਰਜ਼ੀ ਆਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੁਲਦੀਪ ਸਿੰਘ ਜੀ ਇੱਕ ਮੈਂ ਤੁਹਾਡੇ ਤੋਂ ਸਵਾਲ ਲੈਣਾ ਚਾਹੁੰਦਾ ਉਸ ਤੋਂ ਮੈਂ ਬ੍ਰੇਕ ਲਊਂਗਾ ਫਿਰ ਬ੍ਰੇਕ ਤੋਂ ਵਾਪਸ ਆਊਂਗਾ ਪ੍ਰੋਫੈਸਰ ਕੁਲਦੀਪ ਸਿੰਘ ਕੈਪਟਨ ਅਤੇ ਬਾਦਲ ਰਲੇ ਹੋਏ ਆ ਇਸ ਨਰੇਟਿਵ ਨੂੰ ਜਿਸ ਤਰੀਕੇ ਸਿਰਜਿਆ ਗਿਆ ਜਿਸ ਤਰੀਕੇ ਖੜਾ ਕੀਤਾ ਗਿਆ ਉਸ ਦੇ ਸਬੂਤ ਦੇ ਵਜੋਂ ਇਹ ਦੱਸਿਆ ਗਿਆ ਕਿ ਸਮੇਤ ਸੈਣੀ ਵਾਲਾ ਮਸਲਾ ਟਰਾਂਸਪੋਰਟ ਮਾਫੀਆ ਵਾਲਾ ਮਸਲਾ ਹੋਰ ਸੈਂਡ ਮਾਫੀਆ ਵਾਲਾ ਹੋਰ ਬੜਾ ਕੁਝ ਦੱਸਿਆ ਗਿਆ ਪ੍ਰੋਫੈਸਰ ਕੁਲਦੀਪ ਸਿੰਘ ਤੁਹਾਨੂੰ ਲੱਗਦਾ ਕਿ ਇਹ ਸੱਚ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਅਤੇ ਇਸ ਸੱਚ ਦੇ ਬਦਲੇ ਕੈਪਟਨ ਅਮਰਿੰਦਰ ਸਿੰਘ ਦੀ ਬਦਲੀ ਹੋਣੀ ਚਾਹੀਦੀ ਹੈ ਦੇਖੋ ਜਿਹੜੀ ਇਹ ਟਰਮ ਨੇ ਰਲੇ ਹੋਏ ਨੇ ਇਹਨੂੰ ਅਸੀਂ ਰਾਜਨੀਤੀ ਵਾਲੇ ਬੰਦੇ ਨੂੰ ਇਸ ਤਰ੍ਹਾਂ ਸਵੀਕਾਰ ਨਹੀਂ ਕਰਦੇ ਨਾ ਤਾਂ ਕੈਪਟਨ ਨੇ ਬਾਦਲ ਸਾਹਿਬ ਨੂੰ ਪਾਵਰ ਦੇ ਦੇਣੀ ਹੈ ਨਾ ਬਾਦਲ ਸਾਹਿਬ ਨੇ ਕੈਪਟਨ ਸਾਹਿਬ ਨੂੰ ਪਾਵਰ ਦੇ ਦੇਣੀ ਹੈ ਇਹ ਜਦੋਂ ਕਹਿੰਦੇ ਨਾ ਕਿ ਮਿਲੇ ਹੋਏ ਨੇ ਇੱਕ ਕਲਚਰ ਪੈਦਾ ਹੋ ਗਿਆ ਕਿ ਇਹਨਾਂ ਮੁੱਦਿਆਂ 'ਤੇ ਅਸੀਂ ਤੁਸੀਂ 10 ਸਾਲ ਸਰਕਾਰ ਰਹੀ ਇਹਨਾਂ ਮੁੱਦਿਆਂ 'ਤੇ ਅਸੀਂ ਤੁਹਾਨੂੰ ਨਹੀਂ ਚੁੰਡੀ ਵੱਢਾਂਗੇ ਅਤੇ ਜਦੋਂ ਅਸੀਂ ਦੂਜੇ ਪਾਵਰ 'ਚ ਆ ਗਏ ਅਸੀਂ ਚੁੰਡੀ ਨਹੀਂ ਵੱਜਾਂਗੇ ਸੋ ਇੱਕ ਕਿਸਮ ਦੀ ਅੰਡਰਸਟੈਂਡਿੰਗ ਪੈਦਾ ਹੋਗੀ ਅਣਲਿਖਤ ਸਮਝੌਤਾ ਕਹਿ ਸਕਦਾ ਮੈਂ ਇੱਕ ਕਲਚਰ ਪੈਦਾ ਹੋ ਗਿਆ ਕਿ ਤੁਸੀਂ 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 ਇਹ ਕਹਿ ਦਿੱਤਾ ਕਿ ਜੀ ਅਸੀਂ ਪਹਿਲੀ ਸਰਕਾਰ ਦੇ ਇਹਨਾਂ ਚੀਜ਼ਾਂ ਨੂੰ ਛੇੜਨਾ ਹੀ ਨਹੀਂ ਹੈਗਾ ਤੁਸੀਂ ਤੁਹਾਨੂੰ ਮੈਂ ਕੁਝ ਵੱਡੀਆਂ ਐਗਜ਼ਾਮਪਲ ਦਿੰਦਾ ਦੋ ਜਿਹੜਾ ਪਿਛਲੇ 20-25 ਸਾਲ ਦਾ ਪੰਜਾਬ ਹੈ ਇਹਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਟੈਰਰਿਜ਼ਮ ਤੋਂ ਪਹਿਲਾਂ ਦਾ ਪੰਜਾਬ ਰੈਵਨਿਊ ਸਰਪਲਸ ਸੀਗਾ ਟੈਰਰਿਜ਼ਮ ਦੇ ਦੌਰਾਨ ਅਸੀਂ ਆਪਣਾ ਸਾਡੇ ਘਾਟੇ ਦੇ ਬਜਟ ਦਾ ਸਿਸਟਮ ਸ਼ੁਰੂ ਹੋਇਆ ਅਤੇ ਹੁਣ ਜਿਹੜਾ ਅਸੀਂ 3 ਲੱਖ ਕਰੋੜ ਦੇ ਲਗਭਗ ਕਰਜ਼ੇ 'ਤੇ ਪਹੁੰਚ ਗਏ ਹਾਂ ਇਹਦੀ ਬੜੋਤਰੀ ਹਰ ਸਾਲ ਹੋ ਰਹੀ ਹੈ ਮੇਰੇ ਇੱਕ ਮਿੰਟ ਗੱਲ ਸੁਣੋ ਜੀ ਜਦੋਂ ਮੈਂ ਕਹਿੰਦੇ ਹਾਂ ਕਿ ਵੱਧ ਰਿਹਾ ਇਹ ਅਕਾਲੀ ਦਲ ਬੀਜੇਪੀ ਦੇ ਦੌਰਾਨ ਵੀ ਵੱਧਦਾ ਰਿਹਾ ਇਹ ਕਾਂਗਰਸ ਵੇਲੇ ਵੀ ਵੱਧਦਾ ਰਿਹਾ ਸੋ
पंजाब तुसी कहने हो कि पंजाब दा कौन उस गल दा जवाब दे रहे हैं जे पंजाब दा स्वाद ना पंजाब दी आमदन वधाउणी पएगी इहो जिहां गल्लां इहो जे मुद्दियां दीआं गल्लां नवजोत सिंह सिद्धू करदा रहा कि जी एक्साइज दे महकमे च चोरी है उत्थों पैसे आ सकदे ने सैंड दे महकमे च चोरी आ उत्थों पैसे आ सकदे ने फिर 75-25 दीआं गल्लां हुंदीआं आईआं जे तुसी पंजाब दी वेलफेयर की गल करनी है ना फिर 75-25 च कोई व्यक्ति की गल ना करो एक सिस्टम है एक क्लास है ब्यूरोक्रेसी है जी तुसी फॉर एग्जाम्पल जे इस सिस्टम नूं डिमोलिश करना है फिर पंजाब दा भला होएगा उस किस्म की लीडरशिप पंजाब नूं नहीं मिली कुलदीप सिंह जी तुसी ये कहना चाह रहे हो कैप्टन अमरिंदर सिंह दे बदलने नाल सिस्टम नहीं बदलेगा तुसी ये कहना चाह रहे हो सीधे शब्दों में बोलो ना प्रेस साहब मैं कह रहा कि नवजोत सिंह सिद्धू ने उस सिस्टम नूं रिप्लेस करन दीआं गल्लां कीतीआं ने साडे सामने कोई एजेंडा नजर नहीं आया जी नैतिकता की गल की है आदर्शों की गल की है सूबे की आमदन बढ़ाने की गल की है पर कंक्रीट प्रोग्रेस कोई हुई नहीं ढाई साल ये मंत्री रहे मुड़ के महकमा बदलता छड़ के चले गए सारी लड़ाई का स्वागत करेगा क्योंकि जिहड़ी लड़ाई मुख विरोधी धिर जां विरोधी धिरां लड़नी हुंदी है वह कांग्रेस वर्सस कांग्रेस आप ही लड़ती पई हैगी है कि इहदे विच कैप्टन अमरिंदर सिंह नूं कॉर्नर करके कि इस तरीके ने प्रोजेक्ट किया जाऊगा कि नवजोत सिंह सिद्धू जां जिहड़ा होर भी कोई माझा एक्सप्रेस का कोई लीडर है वह पंजाब का भला कर सकता है इस नजरिए समझने जरूरत है कि है ये कोई रणनीति तो नहीं हैगी जी 2022 दे विच सतरंज तुहाडे अगे रखी जा रही है तो तुहानू समझ नहीं आऊगा कि मोहरा किहड़ा कित्थे रखिया जाणा ते किहड़ा किहड़ी चाल चलेगा इस चाल दे बारे ही कर रहे हैं सवाल तो वापस आके फिर पूछूंगा जरूर सीएम साहब को रिप्लेस होना चाहिए नहीं तो कांग्रेस नहीं बचेगी इस मुख्यमंत्री नाल साडे मसले हल नहीं हो रहे सानू सारयां नूं उस गल दी तकलीफ है कांग्रेस हाईकमान आखिरी 6 महीने विच कैप्टन बदलने वाली चाल चलेगी रजिंदर दीपा एक कुछ साडा मीडिया का हिस्सा ये खबरां भी चला रहा है जिंदे विच ओह कह रहा कि ये बड़ी वड्डी इनसाइड स्टोरी हैगी है कि कैबिनेट विच फेरबदल होने से इस करके इन्होंने बगावत का झंडा चक लिया तुहानू वी इउं लगदा रजिंदर दीपा हाँ नहीं ये बिल्कुल है कि कैबिनेट दे विच रीशफल की गल तो चल ही रही है हाईकमांड की कह रहा है कि आपदे जी 18 पॉइंट प्रोग्राम जिहड़ा तुहानू दिता है ये पूरा करके आओ तां कैबिनेट की असी गल रीशफल की गल करते हैं और अज पता है कि जिहड़े लीडर ने बगावत की है जिंदे तृप्त बाजवा भी है या सुख सरकारिया जी भी है सुखी रंधावा भी है चरणजीत चन्नी भी है मैं समझदा कैप्टन चाहता हूँ कि जे मैं अगले 6 महीने 5 महीने जिनी देर भी सरकार है मैं इन्हां मंत्रियों नाल नहीं चल सकता जिन्होंने मेरे च विश्वास नहीं है मैं उन्हां ते विश्वास नहीं है उन्होंने पासे करना चाहता होगा और वो मंत्री ऐसे है कि वह कहते हो कि नहीं असी अखीर तक इस रहीए अपने चार मंत्री ने तुम नाम ले रहे हो दागी लगते दागी था जिन्हों मर्जी हाथ लगा लो कांग्रेस सारे दे सारे दागी है दागी भी इन्ने है कि अपने अपने हल्के छड़न नू भजे फिरते है हाँ तृप्त रजिंदर सिंह बाजवा की गल करिए पता है कि 4-4.5 साल तो पहले दिन तो ही पता है कि आपदे हल्के च लुटना है मैं करना है और उस तो बाद हल्का बदलना है शहरी हल्का लैन नू फिरते हैं सारे कि शहर दे विच शायद इन्हां नू वोटां पै जांदियां हुण पता वो कैप्टन अमरिंदर सिंह ने उत्थे मिस्टर सेखड़ी नू बिठाता SSP DC उन्हां दे घरन जाण लग पे इन्हां दे जिहड़े चेहते SHO इन्हां दे DSP इन्हां दे SSP बदले गए तकलीफ तां उह है कि जिहड़ा महीना आंदा सी जिहड़े गफ्फे आंदे सी उह रुक गए है उस चीज़ ते इन्हां ने विद्रोह कीता तां कि उह कोई ना कोई सैटलमेंट हो जाए मैनूं ऐ लगदा रजिंदर दीपा ठीक है तुहाडियां गल्लां विच वजन हो सकदा है SSP बलता हां यस मैनूं लगदा कैप्टन अमरिंदर सिंह नूं तुहाडी अंडरस्टैंडिंग हैगी चंगी साडी कैप्टन अमरिंदर सिंह नाल कादी अंडरस्टैंडिंग है जिवें बिल्कुल साडे जिहड़े एनालिस्ट बैठे है आफ्टर ऑल पोलिटिकल पार्टियां असी भी अगले वारी पर सरकार बनाना चाहने आ असी भी पिछली वारी सरकार सी कैप्टन अमरिंदर सिंह पिछली वारी बनाना चाहुंदा सी जिहड़ी चेयर कुर्सी एक है सरकार किसी एक पार्टी ने बनानी है उन्हां च अंडरस्टैंडिंग किवें हो सकती है की काम है कैप्टन अमरिंदर सिंह ने साडी लीडरशिप के खिलाफ नहीं किया तुसीं उह तां काम करो ठीक है एलीगेशन जरूर लगे रहे ये प्रूव नहीं कर सके इन्हां कोल होर कोई भी सवाल नहीं है आपकी लीडरशिप पे उठान दा कि रले होया मिस्टर जी दा ठीक मिस्टर जी दा बड़ा सुख दा इल्जाम लाउणा है रले होया ए मसले दा हल नहीं हैगा मैं इल्जाम लाउणा सौखा नहीं जी मैनू साबित करूंगा पहला रजिंदर दीपा जी नूं मैं कहदा सुपने लैण च कोई खर्च नहीं हुंदा सोनू सुपने लै लेने चाहिए असीं सरकार बनावांगे सुपना लैणा कोई माड़ी गल नहीं हुंदी जिवें आपां 100 सीटां दा लए सी पर मेरी 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 गल सुणो बोलो बोलो मिस्टर जी दा जिहड़े तुसीं अज्ज ਜਿਹੜੇ ਤੁਸੀਂ ਐਲੀਗੇਸ਼ਨ ਲਾ ਰਹੇ ਹੋ ਕਾਂਗਰਸ ਪਾਰਟੀ ਦੇ ਤੇ 10 ਸਾਲ ਦੇ ਜਿਹੜੇ ਤੁਸੀਂ ਕੰਮ ਕੀਤੇ ਹੈ
ਅੱਜ ਸੁਖਵੀਰ ਬਾਦਲ ਜੋ ਨਿਕਲਦੇ ਆ ਸ਼ਹਿਰਾਂ ਵਿੱਚ ਜਾਂ ਪਿੰਡਾਂ ਵਿੱਚ ਜੀ ਤਾਂ ਕੀ ਹਾਲਾਤ ਹੋ ਰਹੇ ਆ ਉਹਨਾਂ ਦੇ ਲੋਕ ਸਾਹਮਣੇ ਹੋ ਕੇ ਡਾਂਗਾ ਚੱਕੀ ਬੈਠੇ ਆ ਔਰ ਭਾਜੀ ਮੈਂ ਗੱਲ ਹੋਰ ਦੱਸਦਿਆਂ ਇਹ ਗੱਲ ਹੋਰ ਦੱਸਦਿਆਂ ਕਿ ਅਕਾਲੀ ਦਲ ਨੇ ਸਾਰਾ ਮਾਫੀਆ ਰਾਜ ਜਿਹੜਾ ਪੈਦਾ ਕੀਤਾ ਅਕਾਲੀ ਦਲ ਨੇ ਕੀਤਾ ਔਰ ਮੈਂ ਇਹ ਗੱਲ ਨੂੰ ਕਿਵੇਂ ਸਾਬਤ ਕਰਦਾ ਤੁਸੀਂ ਰਲੇ ਹੋਏ ਹੈ ਮੈਨੂੰ ਐ ਦੱਸ ਦੋ ਕਿ 2017 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸੀਟ ਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਾ ਕੇ ਚੋਣ ਲੜਨ ਦੀ ਕੀ ਲੋੜ ਪਈ ਸੀਗੀ ਮੈਨੂੰ ਗੱਲ ਦਾ ਜਵਾਬ ਦਿਓ ਰਵਨੀਤ ਬਿੱਟੂ ਨੂੰ ਜਲਾਲਾਬਾਦ ਤੋਂ ਅੱਗੇ ਇਲੈਕਸ਼ਨ ਲੜਨ ਦੀ ਕੀ ਲੋੜ ਪਈ ਸੀ ਮੈਨੂੰ ਜਵਾਬ ਦਿਓ ਔਰ ਪ੍ਰਕਾਸ਼ ਸਿੰਘ ਬਾਦਲ ਤੋਂ ਜਿਹੜੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕੀ ਕੈਪਟਨ ਸਾਹਿਬ ਉਹਨੂੰ ਲੰਬੀ ਕਿਉਂ ਆਏ ਰਵਨੀਤ ਬਿੱਟੂ ਜਲਾਲਾਬਾਦ ਕੋ ਚਲੇ ਗਏ ਤੁਸੀਂ ਜਰਨੈਲ ਸਿੰਘ ਨੂੰ ਮਰਹੂਮ ਜਰਨੈਲ ਸਿੰਘ ਨੂੰ ਲੰਬੀ ਕਿਉਂ ਲੈ ਕੇ ਗਏ ਤੁਸੀਂ ਭਗਵੰਤ ਮਾਨ ਨੂੰ ਜਲਾਲਾਬਾਦ ਕਿਉਂ ਲੈ ਗਏ ਸਾਰਿਆਂ ਦਾ ਜਵਾਬ ਦੇ ਸਕਦੇ ਹੋ ਮਿਸਟਰ ਜੀਦਾ ਤੁਸੀਂ ਸਾਡਾ ਕੌਣ ਸੀ ਜੀ ਉੱਥੇ ਪਹਿਲਾਂ ਦੱਸੋ ਲੀਡਰ ਆਮ ਆਦਮੀ ਪਾਰਟੀ ਦਾ ਸਾਡਾ ਤਾਂ ਭਗਵੰਤ ਮਾਨ ਸਾਹਿਬ ਸੀ ਅਸੀਂ ਜਲਾਲਾਬਾਦ ਲੜਾਇਆ ਮੇਰੀ ਗੱਲ ਸੁਣੋ ਜੇ ਸਾਡੇ ਮਨ ਦੇ ਵਿੱਚ ਪਾਪ ਹੁੰਦਾ ਤਾਂ ਅਸੀਂ ਭਗਵੰਤ ਮਾਨ ਸਾਹਿਬ ਨੂੰ ਕਿਸੇ ਸੇਫ ਸੀਟ ਤੋਂ ਲੜਾਉਂਦੇ ਮੀਨਸ ਕਿ ਉੱਥੇ ਦਾ ਧੱਕੇ ਸਾਂਝਾ ਕਰਕੇ ਸੀਟ ਜਿੱਤੀ ਹੈ ਆ ਸਾਡੇ ਮਨ ਚ ਪਾਪ ਨਹੀਂ ਸੀ ਪਾਪ ਇਹਨਾਂ ਦੇ ਮਨ ਚ ਸੀ ਵੀ ਕੈਪਟਨ ਅਮਰਿੰਦਰ ਸਿੰਘ ਨਾ ਹਾਰ ਜੇ ਸਰ ਸਰ ਜਰਨੈਲ ਸਿੰਘ ਨੂੰ ਉੱਥੇ ਕਿਉਂ ਲਿਆਂਦਾ ਸਰ ਤੁਸੀਂ ਲੰਬੀ ਜਰਨੈਲ ਸਿੰਘ ਦਾ ਪੋਲੀਟੀਕਲ ਮਰਡਰ ਕਰਾਉਣਾ ਸੀ ਇਸ ਲਈ ਲਿਆਂਦਾ ਸਰ ਜੀਦਾ ਜੀ ਕੀ ਗੱਲ ਜਰਨੈਲ ਸਿੰਘ ਇਨਸਾਨ ਨਹੀਂ ਜੇ ਇਲੈਕਸ਼ਨ ਨਹੀਂ ਲੜ ਸਕਦੇ ਪੰਜਾਬ ਦੇ ਵਿੱਚ ਕੀ ਗੱਲ ਕਿ ਤੁਹਾਡੇ ਕੋਲ ਪੰਜਾਬ ਚ ਕੈਂਡੀਡੇਟ ਹੈ ਨਹੀਂ ਸੀ ਕੋਈ ਤੁਸੀਂ ਸਰ ਜਰਨੈਲ ਸਿੰਘ ਨੂੰ ਉਹਨਾਂ ਨੇ ਜਾਣਦੇ ਹੋਗੇ ਜਿੰਨਾ ਸਰ ਮੈਂ ਜਾਣਦਾ ਜਰਨੈਲ ਸਿੰਘ ਨੂੰ ਬਾਤ ਦੇ ਵਿੱਚ ਬਿਲਕੁਲ ਪੁੱਛਿਆ ਤੱਕ ਨਹੀਂ ਉਸ ਭੱਦਰ ਪੁਰਸ਼ ਨੂੰ ਆਪਣੀ ਡਿਬੇਟ ਹੋਰ ਪਾਸੇ ਚਲੀ ਗਈ ਠੀਕ ਹੈ ਜਿਹਦਾ ਜਿਹਦਾ ਪਲੀਜ਼ ਪਲੀਜ਼ ਰੁਕ ਜਾਓ ਪ੍ਰੋਫੈਸਰ ਕੁਲਦੀਪ ਸਿੰਘ ਸਰ ਮੇਰਾ ਸਵਾਲ ਵਾਰ ਵਾਰ ਫਿਰ ਉਹੀ ਹੈ ਪੰਜਾਬ ਇਸ ਸਾਰੇ ਘਟਨਾਕ੍ਰਮ ਨੂੰ ਵੈਲਕਮ ਕਰ ਸਕਦਾ ਕਿਉਂਕਿ ਸਰ ਜਦੋਂ ਇਹ ਲੜਾਈ ਹੈ ਜਿਹੜੀ ਉਸ ਲੜਾਈ ਦਾ ਮੁੱਢ ਹੈ ਜਿਹੜਾ ਉਸ ਤਰੀਕੇ ਨਾਲ ਪ੍ਰੋਜੈਕਟ ਕੀਤਾ ਜਾ ਰਿਹਾ ਕਿ 2022 ਦੇ ਲਈ ਮਿਸਟਰ ਸਿੱਧੂ ਨੂੰ ਜਾਂ ਕਿਸੇ ਹੋਰ ਚਿਹਰੇ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਅੱਗੇ ਰੱਖ ਕੇ ਚੋਣ ਲੜੀਆਂ ਜਾਣ ਅਤੇ ਮੁੱਦੇ ਸਾਰੇ ਲੋਕ ਭੁੱਲ ਜਾਣ ਅਤੇ ਪੰਜਾਬ ਕਰੇ ਵਾਹ ਸਿੱਧੂ ਆ ਕੇ ਠੋਕੋ ਤਾਲੀ ਦੱਸੋ ਕੁਲਦੀਪ ਸਿੰਘ ਦੇਖੋ ਇਹੀ ਕੰਸੀਡਰੇਸ਼ਨ ਸੀਗੀ ਕਾਂਗਰਸ ਇਸੇ ਕਰਕੇ ਤਾਂ ਸਾਰੇ ਕਾਂਗਰਸੀ ਜਿਹੜੇ ਮਤਲਬ ਨਵਜੋਤ ਸਿੰਘ ਸਿੱਧੂ ਨੂੰ ਕਰੜੇ ਹੱਥੀਂ ਲੈਂਦੇ ਰਹੇ ਨੇ ਓਵਰਨਾਈਟ ਉਹਦੇ ਨਾਲ ਚਲੇ ਗਏ ਲੱਗਿਆ ਇਹ ਕਿ ਆਹ ਵਿਅਕਤੀ ਹੈਗਾ ਜਿਹੜਾ ਸਾਨੂੰ ਚੋਣ ਜਿਤਾ ਸਕਦਾ ਸੋ ਇਹ ਇਹ ਇਸ ਕਿਸਮ ਦੀਆਂ ਕੰਸੀਡਰੇਸ਼ਨ ਸਾਰੀਆਂ ਪੋਲੀਟੀਕਲ ਪਾਰਟੀ ਦੀਆਂ ਹੁੰਦੀਆਂ ਨੇ ਸੋ ਉਹ ਕਾਂਗਰਸ ਦੀ ਵੀ ਸੀਗੀ ਆਪਾਂ ਤਾਂ ਇਹ ਗੱਲ ਕਰ ਰਹੇ ਹਾਂ ਕਿ ਕੀ ਕਾਂਗਰਸ ਦਾ ਪ੍ਰਧਾਨ ਬਦਲੇ ਜਾਣ ਤੋਂ ਬਾਅਦ ਕਾਂਗਰਸ ਦੀ ਚੋਣਾਂ ਦੇ ਪ੍ਰੋਸਪੈਕਟਸ ਪੱਖੋਂ ਕੋਈ ਸਥਿਤੀ ਬਦਲੀ ਹੈ ਉਹਦਾ ਜਵਾਬ ਮੈਂ ਇਹ ਦੇ ਰਿਹਾ ਸੀ ਕਿ ਇਹਨਾਂ ਨੇ ਸਾਰੀ ਐਂਟੀ ਇਨਕੰਬੈਂਸੀ ਕੈਪਟਨ ਅਮਰਿੰਦਰ ਸਿੰਘ ਦੇ ਖਾਤੇ 'ਚ ਪਾ ਕੇ ਹੈ ਜੀ ਨਵਜੋਤ ਸਿੰਘ ਸਿੱਧੂ ਨੂੰ ਇੱਕ ਨਵੇਂ ਲੀਡਰ ਦੇ ਤੌਰ 'ਤੇ ਪੇਸ਼ ਕੀਤਾ ਕਿਉਂਕਿ ਇਸ ਗੱਲ ਦਾ ਅਹਿਸਾਸ ਇਹਨਾਂ ਨੂੰ ਹੋਇਆ ਕਿ ਜਿਹੜੇ ਲੀਡਰ ਪਹਿਲਾਂ ਹੁਣ ਤੱਕ ਪਰਫੋਰਮ ਕਰਦੇ ਰਹੇ ਨੇ ਉਹਨਾਂ ਨੇ ਲੋਕਾਂ ਦੀਆਂ ਐਕਸਪੈਕਟੇਸ਼ਨ ਦੇ ਮੁਤਾਬਕ ਕੰਮ ਨਹੀਂ ਕੀਤਾ ਜੇ ਅਸੀਂ ਪੰਜਾਬ ਦੀਆਂ ਸਮੱਸਿਆਵਾਂ ਦੀ ਗੱਲ ਕਰੀਏ ਇਹ ਸੱਚ ਹੈ ਕਿ ਪੰਜਾਬ ਦੇ ਸੰਕਟ ਚਾਹੇ ਉਹ ਆਰਥਿਕ ਸੰਕਟ ਹੋਵੇ ਚਾਹੇ ਉਹ ਸਿੱਖਿਆ ਦਾ ਸੰਕਟ ਹੋਵੇ ਚਾਹੇ ਉਹ ਹੈਲਥ ਦਾ ਮਹਿਕਮਾ ਹੋਵੇ ਪੰਜਾਬ ਦੀਆਂ ਸਮੱਸਿਆਵਾਂ ਬੜੀਆਂ ਗੰਭੀਰ ਨੇ ਪੰਜਾਬ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਈਆਂ ਪੰਜਾਬ ਬੈਕਵਰਡ ਸਟੇਟਾਂ ਦੀ ਕੈਟੇਗਰੀ ਵਿੱਚ ਸ਼ਾਮਿਲ ਹੋ ਗਿਆ ਉਹ ਓਵਰਨਾਈਟ ਹੀ ਪੈਦਾ ਹੋਇਆ ਸੋ ਇਸ ਕਰਕੇ ਪੰਜਾਬ ਲੱਭ ਰਿਹਾ ਕੋਈ ਐਸਾ ਲੀਡਰ ਜਿਹੜਾ ਕਿ ਹੁਣ ਤੱਕ ਲੱਭਿਆ ਨਹੀਂ ਮੇਰੀ ਗੱਲ ਸੁਣ ਲਓ 2014 ਵਿੱਚ ਜਦੋਂ ਸਭ ਤੋਂ ਵਧੀਆ ਪਰਫੋਰਮੈਂਸ ਆਮ ਆਦਮੀ ਪਾਰਟੀ ਦੀ ਰਹੀ ਉਹ ਵੀ ਇਸ ਗੱਲ ਦਾ ਪ੍ਰੂਫ ਸੀਗਾ ਕਿ ਪੰਜਾਬ ਦੇ ਲੋਕ ਇੱਕ ਬਦਲ ਚਾਹੁੰਦੇ ਸੀ ਪਰ ਮੈਂ ਨਾਲ ਇਹ ਵੀ ਐਡ ਕਰਦਿਆਂ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਬਦਲ ਦੇ ਰੂਪ ਵਿੱਚ ਅਮਰਜ ਹੋਣਗੀਆਂ ਸੁਭਾਵਾਂ ਆਮ ਆਦਮੀ ਪਾਰਟੀ ਦੇ ਆਪਣੇ ਕਲੇਸ਼ ਨੇ ਖਤਮ ਕੀਤੀਆਂ ਜਦਕਿ 2014 ਵਿੱਚ ਬੈਸਟ ਚਾਂਸ ਆਮ ਆਦਮੀ ਪਾਰਟੀ ਨੇ ਪੈਦਾ ਕਰ ਦਿੱਤਾ ਸੀਗਾ ਟ੍ਰੈਡੀਸ਼ਨਲ ਪਾਰਟੀਆਂ ਨੂੰ ਰਿਪਲੇਸ ਕਰਨ ਲਈ ਸੋ ਉਸ ਕੰਟੈਕਸਟ ਵਿੱਚ ਉਸ ਕੰਟੈਕਸਟ ਨਾਲ ਮੈਂ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਚਾਹੇ ਕਾਂਗਰਸ ਦੇ ਅੰਦਰ ਹੈ ਨਵਜੋਤ ਸਿੰਘ ਸਿੱਧੂ ਚਾਹੇ 2.5 ਸਾਲ 2.5 ਸਾਲ ਮੰਤਰੀ ਰਹੇ ਮੁੜ ਕੇ ਮਹਿਕਮਾ ਬਦਲਤਾ ਛੱਡ ਕੇ ਚਲੇ ਗਏ ਪਰ ਇਹ ਗੱਲ ਮੈਂ ਤੁਹਾਨੂੰ ਇੱਕ ਜਨਰਲ ਆਪਣਾ ਐਜ਼ ਐਨਾਲਿਸਟ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਲੋਕ ਇੱਕ ਨਵੇਂ ਚਿਹਰੇ ਦੇ ਰੂਪ ਵਿੱਚ ਦੇਖਦੇ ਨੇ ਦੇਖਦੇ ਜੀ ਸੋ ਇਸ ਕਰਕੇ ਕਾਂਗਰਸ ਦੀ ਆਸ ਇਹ ਬਣੀ ਹੈ ਮੈਂ ਇਹ ਮੈਂ ਕੋਈ ਕਾਂਗਰਸ ਦਾ ਕੋਈ ਪ੍ਰੋਟੈਗਨਿਸਟ ਨਹੀਂ ਮੈਂ ਅਕਾਲੀ ਦਲ ਦਾ ਕੋਈ ਕ੍ਰਿਟਿਕ ਨਹੀਂ ਹੈਗਾ ਮੈਂ ਐਨਾਲਿਸਿਸ ਦੇ ਤੌਰ ਤੇ ਕਰ ਰਿਹਾ ਪਰ
ਇਹ ਜਿਹੜੀ ਕੰਸੀਡਰੇਸ਼ਨ ਸੀਗੀ ਕਾਂਗਰਸ ਰੋ ਉਹ ਰਾਣੀ ਤੁਰੀ ਪ੍ਰਧਾਨ ਪੜਨ ਤੋਂ ਬਾਅਦ ਕਲੇਸ਼ ਵਧਿਆ ਮਾੜੀ ਮੋਟੀ ਪ੍ਰੋਗਰੈਸ ਜਿਹੜੀ ਮੁੱਦਿਆਂ ਦੇ ਆਧਾਰ ਤੇ ਹੋ ਸਕਦੇ ਸੀ ਉਹ ਨਹੀਂ ਹੋਈ ਮੈਂ ਤਾਂ ਕਹਿ ਰਿਹਾ ਸੋਚ ਕੀ ਸੀਗੀ ਉਧਰ ਪ੍ਰੋਗਰੈਸ ਨਹੀਂ ਹੋਈ ਮੈਂ ਨਹੀਂ ਕਹਿ ਰਿਹਾ ਕਿ ਕਾਂਗਰਸ ਰਾਹ ਤੇ ਤੁਰ ਪਈ ਇੱਕ ਮੇਰੀ ਗੱਲ ਕਾਂਗਰਸ ਉਸ ਰਾਹ ਤੇ ਤਾਂ ਤੁਰਦੀ ਜੇ ਚੀਫ ਮਿਨਿਸਟਰ ਤੇ ਪਾਰਟੀ ਪ੍ਰਧਾਨ ਵਿੱਚ ਆਮ ਤੌਰ ਇੱਕ ਕੋਆਰਡੀਨੇਸ਼ਨ ਹੁੰਦੀ ਪਾਰਟੀ ਪ੍ਰਧਾਨ ਨੇ ਜਿਵੇਂ ਦੀਪਾ ਜੀ ਨੇ ਗੱਲ ਕਹੀ ਹੈ ਪਰਫਾਰਮ ਤਾਂ ਸਰਕਾਰ ਨੇ ਕਰਨਾ ਉਹਨਾਂ ਦੀ ਕਲੈਕਟਿਵ ਰਿਸਪੋਂਸੀਬਿਲਟੀ ਆ ਪ੍ਰਧਾਨ ਨੇ ਤਾਂ ਜਾ ਕੇ ਚੀਫ ਮਿਨਿਸਟਰ ਕੋਲ ਬੇਨਤੀ ਕਰਨੀ ਆ ਉਹ ਬੇਨਤੀਆਂ ਕਰਨ ਵਾਲਾ ਸਿਸਟਮ ਤੇ ਪੈਦਾ ਹੀ ਨਹੀਂ ਹੋਇਆ ਮੈਂ ਖੁਦ ਥੋੜ੍ਹਾ ਬ੍ਰੇਕ ਲਊਂਗਾ ਬ੍ਰੇਕ ਤੋਂ ਵਾਪਸ ਆਵਾਂਗੇ ਪੰਜੇ 'ਚ ਪੰਗਾ ਪਿਆ ਹੋਇਆ ਪੰਜਾਬ 'ਚ ਪੰਗਾ ਪਿਆ ਹੋਇਆ ਪਰ ਪੰਜ ਜਣਾਂ ਦਾ ਵਫਦ ਹੈ ਇਹ ਮਸਲਾ ਸੁਲਝਾ ਸਕੇਗਾ ਦੇਹਰਾਦੂਨ ਜਾਣ ਕੇ ਦੇਹਰਾਦੂਨ ਵਿੱਚ ਬੈਠਕ ਹੋਊਗੀ ਉਸ ਤੋਂ ਬਾਅਦ ਦਿੱਲੀ ਜਾਣਗੇ ਵਾਇਆ ਦੇਹਰਾਦੂਨ ਦਿੱਲੀ ਕਿਸ ਦੀ ਕੁਰਸੀ ਕਿੰਨੀ ਹਿੱਲੀ ਸਾਡਾ ਸਵਾਲ ਇਹੀ ਹੈ ਵਾਪਸ ਆ ਰਹੇ ਹਾਂ ਸੀਐਮ ਸਾਹਿਬ ਕੋਲ ਰਿਪਲੇਸ ਹੋਣਾ ਚਾਹੀਏ ਨਹੀਂ ਤਾਂ ਕਾਂਗਰਸ ਨਹੀਂ ਬਚੇਗੀ ਇਸ ਮੁੱਖ ਮੰਤਰੀ ਨਾਲ ਸਾਡੇ ਮਸਲੇ ਹੱਲ ਨਹੀਂ ਹੋ ਰਹੇ ਸਾਨੂੰ ਸਾਰਿਆਂ ਨੂੰ ਉਸ ਗੱਲ ਦੀ ਤਕਲੀਫ ਹੈ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਕਿ ਕਾਂਗਰਸ ਹਾਈਕਮਾਨ ਆਖਰੀ 6 ਮਹੀਨੇ ਵਿੱਚ ਕੈਪਟਨ ਵਧਣ ਵਾਲੀ ਚਾਲ ਚੱਲੇਗੀ ਜਿੱਦਾ ਜੀ ਤੁਸੀਂ ਇੱਕ ਰਾਜਨੀਤੀ ਵਿੱਚ ਬੜੇ ਲੰਮੇ ਸਮੇਂ ਤੋਂ ਤੁਸੀਂ ਇਸ ਰਾਜਨੀਤੀ ਨੂੰ ਆਪਦੀ ਪਾਰਟੀ ਨੂੰ ਪਾਸੇ ਰੱਖਦੇ ਹੋਏ ਸੋਚ ਸਕਦੇ ਹੋ ਸਮਝ ਸਕਦੇ ਹੋ ਕਿ ਆਖਰੀ 6 ਮਹੀਨੇ ਵਿੱਚ ਮੁੱਖ ਮੰਤਰੀ ਬਦਲ ਦੇਣਾ ਚਾਹੀਦਾ ਜਿਵੇਂ ਬੀਜੇਪੀ ਨੇ ਕੁਝ ਸਟੇਟਸ ਵਿੱਚ ਕੀਤਾ ਪੰਗਾ ਲਿੱਤਾ ਉਹਨਾਂ ਨੇ ਆਪਦੇ ਕੁਛ ਚਿਰ ਰਹਿੰਦਾ ਸੀ ਉਸ ਤੋਂ ਪਹਿਲਾਂ ਆਪਦੇ ਮੁੱਖ ਮੰਤਰੀ ਬਦਲਦੇ ਆ ਇਸ ਤੋਂ ਪਹਿਲਾਂ ਕਾਂਗਰਸ ਵੀ ਇਹ ਪੰਗੇ ਲੈਂਦੀ ਰਹੀ ਹੈ ਕਾਂਗਰਸ ਦਾ ਇਹ ਕਲਚਰ ਰਿਹਾ ਹੈਗਾ ਜਿਹਦਾ ਜੀ ਤੁਹਾਨੂੰ ਲੱਗਦਾ ਕਿ ਇਹ ਬਦਲਣਾ ਚਾਹੀਦਾ ਪੰਜਾਬ ਦੇ ਲਈ ਇਹ ਚੰਗਾ ਸਰ ਤੁਹਾਡੀ ਆਵਾਜ਼ ਘੱਟ ਗਈ ਸੀ ਮੈਨੂੰ ਇੱਕ ਵਾਰੀ ਛੋਟੇ ਹਾਂ ਮੈਂ ਇੱਕ ਸਧਾਰਨ ਸਵਾਲ ਕਰ ਰਿਹਾ ਜੀਦਾ ਜੀ ਕੀ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਦਾ ਮੁੱਖ ਮੰਤਰੀ ਬਦਲਣਾ ਚਾਹੀਦਾ ਅਖੀਰਲੇ 6 ਮਹੀਨਿਆਂ 'ਚ ਜਾਂ ਨਹੀਂ ਤੁਹਾਡੀ ਪੋਲੀਟੀਕਲ ਸਮਝ ਕੀ ਕਹਿੰਦੀ ਹੈ ਦੇਖੋ ਜੀ ਚਾਹੇ ਕੈਪਟਨ ਅੱਜ ਬਦਲ ਜੇ ਚਾਹੇ ਘੰਟੇ ਬਾਅਦ ਬਦਲ ਜੇ ਚਾਹੇ ਨਵਜੋਤ ਸਿੰਘ ਸਿੱਧੂ ਜੀ ਆ ਜਾਣ ਚਾਹੇ ਇਹਨਾਂ ਦਾ ਕੋਈ ਵੀ ਜਿਹੜਾ ਮੰਤਰੀ ਹੈ ਕੈਬਨਿਟ ਮੰਤਰੀ ਆ ਜੇ ਪਰ ਜਿਹੜੇ ਸਰਕਾਰ ਜਾਂ ਜਿਹੜੇ ਮੰਤਰੀ ਜਾਂ ਜਿਹੜਾ ਮੁੱਖ ਮੰਤਰੀ 4.5 ਸਾਲ ਦੇ ਵਿੱਚ ਕੁਛ ਨਹੀਂ ਕਰ ਸਕਿਆ ਹੁਣ ਤਾਂ ਸਿਰਫ ਤੇ ਸਿਰਫ ਐਵੇਂ ਇੱਕ ਲੋਕਾਂ ਸਾਹਮਣੇ ਡਰਾਮੇ ਕਰਕੇ ਦੁਬਾਰਾ ਕੁਰਸੀ ਇੱਥੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਕਿ ਇਹਨਾਂ ਦੇ ਦਾਅ ਨਹੀਂ ਗੱਲ ਨਹੀਂ ਤੁਹਾਡੀ ਗੱਲ ਜਿੱਦਾਂ ਕਿ ਮੈਂ ਇਸ ਗੱਲ ਨੂੰ ਇੰਡੋਰਸ ਕਰਦਾ ਤੁਹਾਡੀ ਗੱਲ ਨੂੰ ਇਹ ਡਰਾਮਾ ਹੈ ਮੰਨ ਲਈ ਗੱਲ ਜਿੱਦਾਂ ਜੀ ਮੈਂ ਤੁਹਾਡੀ ਗੱਲ ਨੂੰ ਇੰਡੋਰਸ ਕਰ ਰਿਹਾ ਸਰ ਡਰਾਮਾ ਮੰਨ ਲਿਆ ਸਰ ਉਸ ਡਰਾਮੇ ਦੇ ਵਿਚਾਲੇ ਕੈਪਟਨ ਬਦਲਣਾ ਚਾਹੀਦਾ ਕਿ ਨਹੀਂ ਜਿੱਦਾਂ ਜੀ ਇਹਦਾ ਸਿੱਧਾ ਜਵਾਬ ਦੇ ਦਿਓ ਨਾ ਦੇ ਸਕਦੇ ਹੋ ਤਾਂ ਜਿੱਦਾਂ ਜੀ ਮੇਰੀ ਆਵਾਜ਼ ਆ ਰਹੀ ਤੁਹਾਡੀ ਆਵਾਜ਼ ਕੱਟ ਰਹੀ ਹਾਂ ਮੇਰੇ ਸਵਾਲ ਦਾ ਜਵਾਬ ਤੁਸੀਂ ਦੇ ਸਕਦੇ ਹੋ ਕੈਪਟਨ ਬਦਲਣਾ ਚਾਹੀਦਾ ਅਖੀਰਲੇ 6 ਮਹੀਨਿਆਂ ਵਿੱਚ ਪੰਜਾਬ ਦਾ ਜਾਂ ਨਹੀਂ ਤੁਹਾਡੀ ਪੋਲੀਟੀਕਲ ਸਮਝ ਕੀ ਕਹਿੰਦੀ ਹੈ ਜਿੱਦਾਂ ਜੀ ਮੇਰਾ ਸਿੰਪਲ ਸਵਾਲ ਹੈ ਨਹੀਂ ਤੁਸੀਂ ਮੇਰੇ ਕੋਲ ਕੋਈ ਕਾਂਗਰਸ ਦੀ ਸਰਕਾਰ ਬਣਵਾਉਣ ਦੀ ਗੱਲ ਕਰ ਰਹੇ ਹੋ ਮੈਨੂੰ ਐਜ ਆਮ ਆਦਮੀ ਪਾਰਟੀ ਬਾਰੇ ਪੁੱਛ ਰਹੇ ਹੋਗੇ ਦੇਖੋ ਇਹ ਜਿੱਦਾਂ ਜੀ ਤੁਸੀਂ ਵੀ ਗੋਲਮੋਲ ਕਰ ਜਾਂਦੇ ਹੋ ਸਰ ਗੋਲਮੋਲ ਨਹੀਂ ਕਰਦਾ ਜੀ ਮੇਰੀ ਗੱਲ ਸੁਣੋ ਮੈਂ ਬਿਲਕੁਲ ਕਲੀਅਰ ਕਰਦਾ ਕੈਪਟਨ ਅੱਜ ਬਦਲ ਜਾਣ ਕੈਪਟਨ ਸੁਬਾ ਬਦਲ ਜਾਣ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਸ ਤੋਂ ਬਗੈਰ ਮੈਂ ਪੰਜਾਬ ਦੇ ਪ੍ਰੋਸਪੈਕਟਿਵ ਨਾਲ ਸਰ ਸਵਾਲ ਕਰ ਰਿਹਾ ਜਿੱਦਾਂ ਜੀ ਮੈਂ ਪੰਜਾਬ ਦੇ ਪ੍ਰੋਸਪੈਕਟਿਵ ਨਾਲ ਸਵਾਲ ਕਰ ਰਿਹਾ ਜੇ ਤੁਹਾਡੀ ਅੰਡਰਸਟੈਂਡਿੰਗ ਇਹ ਹੈ ਵੀ ਕੈਪਟਨ ਅੱਜ ਬਦਲ ਜੇ ਕੱਲ੍ਹ ਵਜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਗਾ ਫਿਰ ਸਰ ਤੁਸੀਂ ਪੋਲੀਟੀਕਲ ਸਮਝ ਨਾਲ ਜਵਾਬ ਨਹੀਂ ਦੇ ਰਹੇ ਤੁਸੀਂ ਇੱਕ ਵਿਰੋਧੀ ਧਿਰ ਵਜੋਂ ਜਵਾਬ ਦੇ ਰਹੇ ਹੋ ਸਿਰਫ ਕਿਉਂਕਿ ਸਿੱਧੂ ਤੁਹਾਨੂੰ ਕੱਲ੍ਹ ਚੰਗੇ ਲੱਗਦੇ ਸੀ ਅੱਜ ਨਹੀਂ ਚੰਗੇ ਲੱਗਦੇ ਫਿਰ ਤਾਂ ਤੁਸੀਂ ਰਾਮ ਤਰਾਸ਼ੀਆਂ ਕਰਦੇ ਪਏ ਨਾ ਪਰ ਡਿਬੇਟ ਤਾਂ ਪਾਰਟਿਸਪੇਟ ਨਹੀਂ ਕਰਦੇ ਪਏ ਜੀਦਾ ਜੀ ਨਹੀਂ ਅਸੀਂ ਐਂ ਦੱਸ ਦੋ ਵੀ ਕੈਪਟਨ ਬਦਲ ਕੇ ਕਿਹੜਾ ਚਿਹਰਾ ਲੈ ਕੇ ਆਉਂਗੇ ਮੁੱਖ ਮੰਤਰੀ ਵਾਸਤੇ ਦੱਸਦੇ ਨੇ ਕਿਹੜਾ ਅੱਛਾ ਚਿਹਰਾ ਲੈ ਕੇ ਆਉਂਗੇ ਮੁੱਖ ਮੰਤਰੀ ਵਾਸਤੇ ਕਿ ਪੰਜਾਬ ਦਾ ਭਲਾ ਹੋਜੂਗਾ ਕਾਂਗਰਸ ਦੇ ਵਿੱਚ ਜਿਵੇਂ ਪਹਿਲਾਂ ਵੀ ਗੱਲ ਹੋਈ ਹੈ ਕਲੈਕਟਿਵ ਸਾਰਿਆਂ ਦੀ ਰਿਸਪੋਂਸੀਬਿਲਟੀ ਹੁੰਦੀ ਹੈ ਜਦੋਂ ਕਲੈਕਟਿਵ ਰਿਸਪੋਂਸੀਬਿਲਟੀ ਕਿਸੇ ਨੇ ਆਪਦੀ ਰਿਸਪੋਂਸੀਬਿਲਟੀ ਨਿਭਾਈ ਨਹੀਂ ਤਾਂ ਦੁਬਾਰਾ ਕਿ ਕਿਹੜਾ ਪੰਜਾਬ ਦਾ ਭਲਾ ਕਰਨ ਵਾਲਾ ਹੈਗਾ ਦੱਸ ਦਿਓ ਮੈਨੂੰ ਚਲੋ ਜਿੱਦਾਂ ਹੀ ਤੁਸੀਂ ਸੀਐਮ ਫੇਸ ਦੱਸ ਦਿਓ ਉਹ ਤਾਂ ਨਹੀਂ ਦੱਸ ਪਾ ਰਹੇ ਤੁਸੀਂ ਦੱਸ ਦਿਓ ਸੀਐਮ ਫੇਸ ਕਿਹੜਾ ਤੁਹਾਡਾ ਆਖਰੀ 6 ਮਹੀਨੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੀ ਸਟੈਂਡਿੰਗ ਕੀ ਕਹਿੰਦੀ ਅੰਡਰਸਟੈਂਡਿੰਗ ਕੀ ਦੇਖੋ ਮੁੱਖ ਮੰਤਰੀ ਨੂੰ ਬਦਲਣ ਕੈਪਟਨ ਨੂੰ ਬਦਲਣ ਕਿਸੇ ਹੋਰ ਨੂੰ ਬਦਲਣ ਲੋਕਾਂ ਨੇ ਵੈਸੇ ਕੁਛ ਨਹੀਂ ਲੈਣਾ ਲੋਕ ਕੀ ਚਾਹੁੰਦੇ ਆ ਜਿਵੇਂ ਸਾਡੇ ਜਿਹੜੇ ਪੋਲੀਟੀਕਲ ਐਨਲਿਸਟ ਉਹਨਾਂ ਨੇ ਵੀ ਕਿਹਾ ਕਿ ਸਿਸਟਮ ਬਦਲਣਾ ਚਾਹੀਦਾ ਦੇਖੋ ਮੈਂ ਵੀ ਇੱਕ ਪੋਲੀਟੀਕਲ ਪਾਰਟੀ ਤੋਂ ਹਾਂ ਉਂਗਲਾਂ ਸਾਡੇ 'ਤੇ ਵੀ ਉੱਠੀਆਂ
पोलीटल सिस्टम से उठियाँ उठ रही हैं कि जोड़ा सिस्टम है पोलीटिकल वो करप्ट हो चुक है उन्हें बड़ी गिरावट आ चुकी है गंदला हो चुका है सिस्टम सिस्टम बदलना चाहिए लोगों चर्चा पता की है कैप्टन बदलिया जाऊगा तो बादल अंदर जाएंगे चलो मेरी गल सुनो ये भी कम करके वेख लेना चाहिए हाँ। फिर वेट कर दी करते फिर कहोगे सोनिया गांधी तो राहुल गांधी भी साढ़े न रले हुए है हाँ असी कहने अरविंद खन्ना भी साढ़े न रलिया होया ड्रग के बड़े इन्होंने साढ़े ते इल्जाम लाए जो सरकार नहीं आई माफ़ी मांग ली विक्रमजीत सिंह मजीठिया तो अरविंद केजरीवाल विक्रमजीत मजीठिया मैं जी गल है बिल्कुल मैं कहना ये भी कम असि चलो हूं मैं इस गल प्रकाश सिंह बादल और सुखबीर सिंह बादल या होर लीडर किसी भी दोष अंदर कर देंगे तो वाकई बदल जाना चाहिए ताकि फिर इलेक्शन जाके ना कह कि जी साड़ी सरकार तो आ नहीं होया साडे तो आ ना होया पांच महीने है असी सोनिया गांधी राहुल गांधी नूं कहने बड़ा वधिया मौका है किसी नूं बना दिओ जिहड़ा ये सारा कुछ कर ले ताकि लोगों को जाओ तुहानू कोई किसी पतली गली चो भज्जन दा मौका ना मिले ये ना कुछ रह जाए कि असी आप बदल देंदे तो आ कुछ कर लैंदे मैनूं ये तां दस दो मुख्यमंत्री नूं बदलना चाहिए अखीले छे महीने विच मैं तो पहला कहना सिस्टम बदलना चाहिए चलो तुम मैंने जवाब दे रहे आम आदमी पार्टी में जवाब दे जिदा जी की कह रहे सी बोलो मैं सर तुहाडे जिहड़े अपने रजिंदर जी है इन्हां नूं दीपा जी नूं कहना भी पहला कांग्रेस के जनरल सैकटरी रहे है भी बहुत पुराने रहे है हुण अकाली दल च आ गए राग जिहड़े बड़े इन्हां दे बदलदे सुर रहिंदे आ मैं हैरान है भी उही बंदा उही पार्टियां दूजी जाके दूजी जाके किवें सुर बदल जांदे आ दूजा जिहड़ा तुसीं सवाल कर रहे हो भी छे महीने कैप्टन बदलना चाहिए नहीं बदलना चाहिए यह सवाल सानूं पुछना बनदा नहीं तुहाडा सर ठीक है सर हुण तुसीं सवाल भी मैनूं दस्सोगे सर मैं कहड़ा सवाल पुछना कहड़ा नहीं पुछना सवाल भी तुसीं डिसाइड करोगे सर जिदा जी तुसीं डिसाइड करोगे सर मैं कहड़ा सवाल करना कहड़ा नहीं करना भुल गए सुदरूलगढ़ याद नहीं तुहानूं जिदा जी डिबेट करनी इदां कर लो सर मेरी सर गल सुनो तुसीं उहनां नूं ओह ना करो मैं जिहड़ी गल कहना चाहुंदा तुसीं डिसाइड करोगे ना सर सवाल कहड़े करने मैं काइंडली तुहानू भी चलो पोलीटिकल काफ़ी दिन एक्सपीरियंस होना कई सालों का मैं भावें कांग्रेस रहा भावें अज श्रोमणी अकाली दल चा मेरी सोच करप्ट सिस्टम के खिलाफ मैं किहड़ी स्टेज ते किहड़े डिबेट च मैं गल नहीं की मैनू दस्या जे मेरे 40 साल के पोलीटिकल कैरीयर ते भावें स्टूडेंट पॉलिटिक्स है भावें अज आम दूजिया पार्टी पॉलिटिक्स करदा मेरे ते कोई एक उंगली चक दिया जे किसे डिबेट ते मैं उस जिम्मेवार एक सवाल का जवाब दो निजी सवाल नहीं गा कि बादल ज़्यादा चंगे है कैप्टन अमरिंदर सिंह दे नालों देखो जे बादल चंगे है तो ही पांच बारी प्रकाश सिंह बादल मुख्यमंत्री बन गए पंजाब दे लोगां ने एवें नहीं बनाया चलो ठीक 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 मैनू की पंजाब दे लोग दसदे है जिन्हां नूं पांच पांच बारी मुख्यमंत्री बनाया वो चंगे करके बनाया लोकां दा भी सवाल है उन्हां दोनों चों ज्यादा करप्ट कौन मैं तो कहना सिस्टम करप्ट है अच्छा सिस्टम करप्ट है यस हां प्रोफेसर कुलदीप सिंह आप डिबेट समाप्त करनी है तुहाडे दो तीन कमेंट्स नाल मैं डिबेट समाप्त करूंगा ये सिस्टम नूं किवें बदलिया जाऊगा सारे सिस्टम की गल करदे पए आ कि वो सिस्टम नूं चलाउण वाले कौन है पहला उन्होंने बदलना पेगा फिर सिस्टम बदलिया जाऊगा जां उन्होंने रहिंदे सिस्टम बदलिया जा सकता नहीं देखो लोगों की कई बार मजबूरी बन जाती है कई बार नहीं हमेशा ही मजबूरी बनती है जिहड़े जिहड़े उन्होंने कोल अवेलेबल ऑप्शन ने उहदे चों ही चूज करना है ना मतलब जां उन्होंने अकाली दल नूं वोट पाउणी है जां कांग्रेस नूं वोट पाउणी है आम आदमी पार्टी थर्ड फोर्स के तौर पर मर्ज हुंदी हुंदी रहेगी जे फॉर एग्जाम्पल दोनों पार्टियां सूबे का कुछ नहीं सवार सकियां आम व्यक्ति कित्थे जावे हां जी
ना तो कोई ओवरनाइट पार्टी खड़ी की जा सकती है ना पार्टी की गल पंजाब दे कोने कोने विच पजाई सकदी है। सो आम बंदे का दुखांत यह है, आम बंदा जिहड़ी साडी राजनीतिक जमात की फेलर है उहदा विक्टम है जी। सो इसे करके तो तुसीं जिहड़ी देखो साडे साथियों ने गल मेरी मननी नहीं, मैं ये नहीं कह रहा कि यह सच होण जा रहा, मैं ये कहा सी कि जिहड़ा बदला दा एक इंप्रैशन नवजोत सिंह सिद्धू ने दिता, मेरे शब्द नूं ध्यान नाल सुणो जी, जी। तुसी, 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 तुसी इदां दा इंप्रैशन दे रहे हो कि मैं राजनीति बदल जा रहा है, लोग बेचारे उन्हूं ट्रस्ट करदे ने जी। सो अजे सिचुएशन यह है कि जिहड़े बदला दी गल सी 75-25 दी गल किड्डे जोर नाल नवजोत सिंह सिद्धू ने कही, जदों 75-25 दी गल करदे ने उह इक क्लास दी जमा दी गल है, किसी परसन दी गल नहीं। जे उह बदल जाण ते मैं इत्थे गल कहण नूं तैयार हाँ, मैं फिर उन्हां दा उपाशक बन जाऊंगा कि जो 75-25 वाली बदल जाण। सो इस करके आपां जिहड़ी गल कर रहे बड़ी सीमित कर रहे हैं, की सीमित कर रहे हैं कि कांग्रेस इस वेले नवजोत सिंह सिद्धू दे रूप विच चीफ मिनिस्टर दा बदला इस करके कर सकती है कि कांग्रेस दे अंदर बहुत लोगों नूं इह लगदा है कि नवजोत सिंह जित सिद्धू नैक्सट इलैक्शन जित के दे सकदा, ਇਹ ਬਿਲਕੁਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਅਸੀਂ ਨਹੀਂ ਜਿੱਤ ਸਕਦੇ। ਇਸ ਕਰਕੇ ਜਿਹੜੇ ਬਹੁਤ ਵੱਡੇ ਪੈਮਾਨੇ ਦੇ ਲੋਕ ਬਦਲ ਕੇ ਇੱਥੇ ਆਏ ਨੇ ਉਹ ਇਸ ਕਰਕੇ ਆਏ ਨੇ, ਇਹ ਨਹੀਂ ਕਿ ਰਾਤੋਂ ਰਾਤ ਉਹਨਾਂ ਦੀ ਕੋਈ ਸੋਚ ਬਦਲ ਗਈ, ਬਹੁਤ ਇਨਕਲਾਬੀ ਸੋਚ ਪੈਦਾ ਹੋ ਗਈ। ਅਗਲੀ ਗੱਲ ਮੈਂ ਕਹਿੰਦਾ, ਮੈਂ ਜਾਤੀ ਤੌਰ 'ਤੇ ਮਹਿਸੂਸ ਕਰਦਾ ਜੇ ਇਹ ਹੋ ਜਾਂਦਾ ਇਹ ਚੰਗੀ ਗੱਲ ਹੋਏਗੀ। ਕਿਉਂ ਚੰਗੀ ਗੱਲ ਹੋਏਗੀ ਕਿ 6 ਮਹੀਨੇ ਵਿੱਚ ਕੋਈ ਬਹੁਤ ਵੱਡੀ ਤਬਦੀਲੀ ਪੰਜਾਬ ਵਿੱਚ ਨਹੀਂ ਆ ਸਕਦੀ, ਇਹ ਗੱਲ ਦਾ ਬਿਲਕੁਲ ਸਾਨੂੰ ਕਲੀਅਰ ਹੈ। ਪਰ ਕਿ ਰਾਜਨੀਤੀ ਕਿਹੜੀ ਡਾਇਰੈਕਸ਼ਨ ਲੈਂਦੀ ਹੈ, ਕਿਸ ਦਿਸ਼ਾ ਵਿੱਚ ਅਸੀਂ ਚੱਲਦੇ ਹਾਂ, ਉਹਦੇ ਪੁਆਇੰਟਰ ਜ਼ਰੂਰ ਆ ਜਾਣਗੇ। ਘੱਟੋ ਘੱਟ ਲੋਕਾਂ ਨੂੰ ਉਹਦੇ ਮੁਤਾਬਕ ਫੈਸਲਾ ਕਰਨ ਦਾ ਮੌਕਾ ਮਿਲ ਜਾਏਗਾ ਕਿ ਵਾਕਈ ਭਾਈ ਜਿਹੜੇ ਬਹੁਤ ਵੱਡੇ ਵੱਡੇ ਵਾਅਦੇ ਇਹਨਾਂ ਨੇ ਕੀਤੇ ਸੀ ਉਸ ਡਾਇਰੈਕਸ਼ਨ ਵਿੱਚ ਇਹ ਚੱਲੇ, ਉਸ ਡਾਇਰੈਕਸ਼ਨ ਵਿੱਚ ਇਹ ਤੁਰੇ। ਜੇ ਤਾਂ ਤੁਰੇ ਫਿਰ ਮੀਨਿੰਗ ਹੋਰ ਆ, ਜੇ ਨਹੀਂ ਤੁਰੇ ਫਿਰ ਤਾਂ ਇਹ ਵੀ ਉਸੇ ਜਮਾਤ ਦਾ ਹਿੱਸਾ ਨੇ ਜਿਸ ਜਮਾਤ ਨੂੰ ਅਸੀਂ ਹੁਣ ਤੱਕ ਕ੍ਰਿਟੀਸਾਈਜ਼ ਕਰਦੇ ਆਏ ਹਾਂ, ਫਿਰ ਤਬਦੀਲੀ ਦੀ ਗੱਲ ਨਹੀਂ ਅਸੀਂ ਸੋਚ ਸਕਦੇ। ਤੁਸੀਂ ਇਹ ਸੋਚ ਰਹੇ ਹੋ ਪ੍ਰੋਫੈਸਰ ਕੁਲਦੀਪ ਸਿੰਘ ਕਿ ਜਿਵੇਂ ਆਮ ਆਦਮੀ ਪਾਰਟੀ ਦਾ ਇੱਕ ਸਮੇਂ 'ਤੇ ਉਭਾਰ ਹੋਇਆ ਸੀਗਾ ਨਵਜੋਤ ਸਿੰਘ ਸਿੱਧੂ ਦੇ ਨਾਲ, ਉਹੋ ਜਿਹਾ ਉਭਾਰ ਕਾਂਗਰਸ ਨੂੰ ਵੀ ਮਿਲ ਸਕਦਾ ਹੈ? ਨਹੀਂ ਨਹੀਂ, ਮੈਂ ਤੁਸੀਂ ਫਿਰ ਕਾਂਗਰਸ ਨੂੰ ਨਾ ਕਹੋ, ਕਾਂਗਰਸ ਲੈਡ ਬਾਈ ਨਵਜੋਤ ਸਿੰਘ ਸਿੱਧੂ, ਕਾਂਗਰਸ ਵਿੱਚ ਤਾਂ ਕੈਪਟਨ ਨਰਿੰਦਰ ਸਿੰਘ ਵੀ ਸੀਗਾ। ਅੱਛਾ, ਕੈਪਟਨ ਤੇ ਨਰਿੰਦਰ ਸਿੰਘ ਸਿੱਧੂ ਹੋਇਆ ਸੀਗਾ। ਚਲੋ, ਉਭਾਰ ਤਾਂ ਅੱਜ ਬਹੁਤ ਜ਼ਿਆਦਾ ਹੈ, ਹੋਇਆ ਸੀ ਨਾ ਕਹੋ। ਚਲੋ ਚਲੋ, ਨਹੀਂ ਜਿੱਦਾਂ ਜੀ ਤੁਹਾਨੂੰ ਪਤਾ ਤੁਹਾਡੀ ਪਾਰਟੀ ਕਿੱਥੇ ਸਟੈਂਡ ਕਰਦੀ ਪਈ ਇਸ ਵਕਤ, ਤੁਹਾਨੂੰ ਪਤਾ ਸਰ ਹੋਇਆ ਸੀਗਾ ਨਾ, ਤੁਹਾਨੂੰ ਪਤਾ ਸਰ, ਤਾਂ ਹੀ ਤੁਹਾਨੂੰ ਹੀ ਸਾਰੇ ਇੰਪੋਰਟ ਕਰਨੇ ਪੈ ਰਹੇ ਬੰਦੇ ਆ ਰਹੀ ਹੈ, ਉਭਾਰ ਹੋਇਆ ਸੀਗਾ। ਚਲੋ, ਨਹੀਂ ਮੈਂ 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 ਇਹ ਤਾਂ ਨਹੀਂ ਕਹਿ ਸਕਦਾ ਕਿ ਦੁਬਾਰਾ ਨਹੀਂ ਹੋ ਸਕਦਾ, ਪਰ ਜਿਹੜੀ ਮੇਰੀ ਗੱਲ ਦੇ ਮਹਿਨੇ ਨੇ ਕਿ 2014 ਵਿੱਚ ਤੁਸੀਂ ਨੋਟ ਕਰ ਲਓ ਕਿੰਨੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਜਿੱਤੀ ਸੀ, ਤੇ 2017 ਵਿੱਚ ਕੀ ਹੋਇਆ ਤੁਸੀਂ ਕੰਪੈਰੀਜ਼ਨ ਕਰ ਲਓ। ਚਲੋ, 4 ਐਮਪੀ ਬਣਾ ਕੇ 20 ਐਮਐਲਏ ਲੈ ਕੇ ਉਸ ਤੋਂ ਬਾਅਦ ਬਹੁਤ ਡਾਲ ਦਿੱਤੀ ਹੈ, ਇੱਕ ਐਮਪੀ ਰਹਿ ਗਿਆ, ਉਸ ਤੋਂ ਬਾਅਦ ਐਮਐਲਏ ਕਿੰਨੇ ਚਲੇ ਗਏ ਇਹਨਾਂ ਕੋਲੋਂ। ਮੇਰੇ ਕੋਲ ਜਿੰਦਰਦੀਪ ਭਾਜੀ ਹੁਣ ਵਕਤ ਹੈ ਨਹੀਂਗਾ, ਜੇ ਅਖੀਰ ਤੇ ਕੋਈ ਕਮੈਂਟ ਕਰਨਾ ਫਟਾਫਟ ਕਰ ਲਓ। ਬਸ ਤੁਸੀਂ ਗੱਲ ਕੀਤੀ ਸੀ ਕਿ ਸਿਸਟਮ ਕਿਵੇਂ ਬਦਲ ਸਕਦਾ, ਸਾਨੂੰ ਆਪਦੀ ਗਰੰਟੀ ਲੈ ਸਕਦੇ ਹਾਂ, ਬਹੁਤਿਆਂ ਦੀ ਗਰੰਟੀ ਨਹੀਂ ਲੈ ਸਕਦੇ, ਤੁਸੀਂ ਆਪਦੀ ਗਰੰਟੀ ਲੈਣੀ ਹੈ। ਸਭ ਤੋਂ ਸਭ ਕੁਝ ਕਹਿਤਾ ਇੱਕ ਲਾਈਨ, ਕਿਸੇ ਲੀਡਰ ਦੀ ਗਰੰਟੀ ਨਹੀਂ ਲਿੱਤੀ ਜਾ ਸਕਦੀ, ਇਹ ਸਪੋਕਸ ਪਰਸਨ ਖੁਦ ਕਹਿ ਰਿਹਾ। ਬਹੁਤ ਧੰਨਵਾਦ ਪ੍ਰੋਫੈਸਰ ਕੁਲਦੀਪ ਸਿੰਘ ਤੁਹਾਡਾ, ਨਵਦੀਪ ਜੀ ਦਾ ਤੁਹਾਡਾ ਬਹੁਤ ਧੰਨਵਾਦ, ਰਜਿੰਦਰਦੀਪ ਦਾ ਤੁਹਾਡਾ ਬਹੁਤ ਧੰਨਵਾਦ। ਕਾਂਗਰਸ ਸਪੋਕਸ ਪਰਸਨ ਨਹੀਂ ਆਏ, ਉਹਨਾਂ ਦੀਆਂ ਮਜਬੂਰੀਆਂ, ITV ਡਿਬੇਟ ਵਿੱਚ ਨਹੀਂ ਬੋਲਣਾ ਕਹਿੰਦੇ, ਅਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਾਂ ਕਰਕੇ ਵੀ ਮੌਕੇ 'ਤੇ ਕਹਿਤਾ ਵੀ ਅਸੀਂ ਨਹੀਂ ਆ ਸਕਦੇ। ਪੋਲੀਟੀਕਲ ਮਜਬੂਰੀਆਂ, ਪਰ ਪੰਜਾਬ ਦੀ ਮਜਬੂਰੀ ਦਾ ਜੇ ਇਹ ਲੀਡਰ ਫਾਇਦਾ ਚੁੱਕਣਗੇ ਤਾਂ ਇਹਨਾਂ ਨੂੰ ਸਵਾਲ ਹੋਣਗੇ ਜ਼ਰੂਰ ਕਿ ਪੰਜਾਬ ਸਵਾਗਤ ਕਰੇਗਾ ਇਸ ਖਿੱਚੋਤਾਨ ਦਾ, ਪੰਜਾਬ ਦੇ ਕਿਹੜੇ ਮਸਲੇ ਹੱਲ ਕਰ ਦੇਣਗੇ ਇਹ ਖਿੱਚੋਤਾਨ। ਸਾਡਾ ਸਵਾਲ ਪੰਜਾਬ ਤੱਕ ਹੈ, ਕੈਪਟਨ ਖਿਲਾਫ਼ ਬਗਾਵਤ ਹੋਈ ਹੈ ਕਿ ਕੈਪਟਨ ਦੀ ਇਨਿੰਗ ਹੈ ਜਿਹੜੀ ਸਮਾਪਤ ਹੋਣ ਵਾਲ ਵੱਧ ਰਹੀ ਹੈ, ਜਿਹਨੇ ਉਸ ਸਿੱਧੂ ਦੇ ਜ਼ਰੀਏ ਇੱਕ ਨਵੀਂ ਇਨਿੰਗ ਵੱਲ ਕਾਂਗਰਸ ਵਧੇਗੀ, ਪਰ ਪੰਜਾਬ ਨੂੰ ਕੀ ਮਿਲੇਗਾ? ਸਾਡਾ ਸਵਾਲ ਹਮੇਸ਼ਾ ਪੰਜਾਬ ਰਹੇਗਾ। ਬਹੁਤ ਧੰਨਵਾਦ।